संडात मनान अलिक बारे सर्प कला सुमरथ डोलन ते रखा प्रभु नानक दे कर हाथ आनंद गुण निदान गुरु गरीब निवाजे सारी संगत गज के बोलना सतनाम श्री वाहेगुरु जी
ਸਵੱਲੀ ਜੇ ਤੂੰ ਪਾਵੇ ਪਾਤਸ਼ਾਹ ਭੂਗਿਆ ਤੋਂ ਅਰਥ ਕਰਾਵੇ ਪਾਤਸ਼ਾਹ ਨਦਰ ਸਵੱਲੀ ਜੇ ਤੂੰ ਪਾਵੇ ਪਾਤਸ਼ਾਹ ਭੂਗਿਆ ਤੋਂ ਅਰਥ ਕਰਾਵੇ ਪਾਤਸ਼ਾਹ ਵਾਲੀ ਅੱਖ ਜਿਸ ਨੂੰ ਤੂੰ ਬਖਸ਼ੇ ਉਹ ਕਰੇ ਗੱਲ ਸੱਚ ਦੀ ਪਛਾਣ ਕੇ ਮੇਲ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਕੇ ਹਯਾਣ ਕੇ ਮੇਲ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਕੇ ਹਯਾਣ ਕੇ ਸਮਰੱਥ ਗੁਰੂ ਜੀ ਰੱਖੋ ਸਾਡੇ ਸਿਰਾਂ ਉੱਤੇ ਹੱਥ ਗੁਰੂ ਜੀ ਸਰਬ ਕਲਾ ਸਮਰੱਥ ਗੁਰੂ ਜੀ ਰੱਖੋ ਸਾਡੇ ਸਿਰਾਂ ਉੱਤੇ ਹੱਥ ਗੁਰੂ ਜੀ ਭੁੱਲਿਆਂ ਨੂੰ ਆਪ ਸਮਝਾ ਲੈ ਬਾਲਕਾ ਵੇਖ ਲਿਆ ਅਸੀਂ ਸਾਰਾ ਜੱਗ ਛਾਣ ਕੇ ਮੇਰ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਕੇ ਹਾਰ ਕੇ ਮੇਰ ਦੀ ਨਜ਼ਰ ਕਰ ਮੇਰਾ ਵਾਲਿਆ ਤੇਰੇ ਚਰਨਾਂ ਚ ਖੜ ਕੇ ਹਾਰ ਕੇ
ਸਿਆਣਿਆਂ ਦੀ ਝੋਲੀ ਵਿੱਚ ਮਾਣ ਪਾ ਦਿਓ, ਗੁਣ ਦੇਵ ਸਾਰੇ ਉਹ ਗੜ ਮੰਗਾ ਦਿਓ। ਨਿਮਾਣਿਆਂ ਦੀ ਝੋਲੀ ਵਿੱਚ ਮਾਣ ਪਾ ਦਿਓ, ਗੁਣ ਦੇਵ ਸਾਰੇ ਉਹ ਗੜ ਮੰਗਾ ਦਿਓ। ਜੋੜ ਨੂਰਪੁਰੀ ਕਰੇ ਬੇਨਤੀ, ਤਰ ਜਾਈਏ ਤੇਰੀ ਮਹਿਮਾ ਨੂੰ ਬਿਆਨ ਕੇ, ਮੇਰ ਦੀ ਨਜ਼ਰ ਕਰ ਮੇਰਾ ਵਾਲਿਆ, ਤੇਰੇ ਚਰਨਾਂ 'ਚ ਖੜ ਗਏ ਹਯਾਣ ਕੇ। ਮੇਰ ਦੀ ਨਜ਼ਰ ਕਰ ਮੇਰਾ ਵਾਲਿਆ, ਤੇਰੇ ਚਰਨਾਂ 'ਚ ਖੜ ਗਏ ਹਯਾਣ ਕੇ, ਤੇਰੇ ਚਰਨਾਂ 'ਚ ਖੜ ਗਏ ਹਯਾਣ ਕੇ, ਤੇਰੇ ਚਰਨਾਂ 'ਚ ਖੜ ਗਏ ਹਯਾਣ ਕੇ। ਵਾਹਿਗੁਰੂ ਵਾਹਿਗੁਰੂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਨਾਲ ਮਹਾਨ ਹੋ ਚੁੱਕੀ ਸਰ ਜ਼ਮੀਨ ਦੇ ਉੱਤੇ ਬੈਠ ਕੇ ਮਹੀਨਾਵਾਰੀ ਮੱਸਿਆ ਦੇ ਸੱਜਣ ਵਾਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਕੀ ਸਨਮਾਨਯੋਗ ਸੰਗਤ, ਦੋਵੇਂ ਹੱਥ ਜੋੜ ਕੇ ਸੀਸ ਝੁਕਾਓ, ਮਨ ਬਿਰਤੀ ਇਕਾਗਰ ਕਰੋ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕਰਕੇ ਜਾਣੋ। ਵੇਖੋ, ਜਿੰਨਾ ਚਿਰ ਆਪਾਂ ਜਿੱਥੇ ਗਏ ਹੋਈਏ ਉੱਥੇ ਆਪ ਵੀ ਮੌਜੂਦ ਹੋਈਏ, ਤਨ ਕਰਕੇ ਤੇ ਮਨ ਕਰਕੇ ਤੇ ਦੂਜੇ ਨੂੰ ਵੀ ਮਹਿਸੂਸ ਕਰੀਏ, ਭਾਵੇਂ ਹੋਵੇ ਜਾਂ ਨਾ ਹੋਵੇ, ਫਿਰ ਉੱਥੇ ਵੇਖਿਓ ਕਿੰਨੀ ਸਾਂਝ ਬਣਦੀ ਹੈ। ਜੇ ਅਸੀਂ ਹਾਜ਼ਰ ਹਾਂ ਤੇ ਅਗਲੇ ਨੂੰ ਮਹਿਸੂਸ ਹੀ ਨਹੀਂ ਕਰਦੇ ਵੀ ਤੂੰ ਵੀ ਹੈਗਾ। ਗੁਰੂ ਨਾਨਕ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਕਰਕੇ ਜਾਣੋ ਵੀ ਗੁਰੂ ਨਾਨਕ ਸਾਡੇ ਕੋਲ ਬੈਠੇ ਨੇ, ਵਿੱਚ ਬੈਠੇ ਨੇ। ਫਿਰ ਘਰੋਂ ਆਉਣ ਦਾ ਵੇਖਿਓ ਨਜ਼ਾਰਾ, ਇੱਥੇ ਬਹਿਣ ਦਾ ਵੇਖਿਓ ਨਜ਼ਾਰਾ, ਸੇਵਾ ਕਰਨ ਦਾ ਨਜ਼ਾਰਾ ਵੇਖਿਓ, ਮੱਥਾ ਟੇਕਣ ਦਾ ਨਜ਼ਾਰਾ ਵੇਖਿਓ, ਕਿਉਂਕਿ ਆਪਾਂ ਤੁਰੇ ਇਕੱਲੇ ਇਕੱਲੇ ਫਿਰਦੇ ਹਾਂ। ਇਕੱਲੇ ਇਕੱਲੇ ਬੰਦੇ ਦੀ ਕੋਈ ਬੁੱਕਤ ਨਹੀਂ ਹੈਗੀ। ਇਕੱਲਾ ਦੇ ਲੋਕ ਕਹਿੰਦੇ ਰੁੱਖ ਨਹੀਂ ਚੰਗਾ, ਤੇ ਬੰਦਾ ਤੇ ਫਿਰ ਇਨਸਾਨ ਆ। ਹਰ ਬੰਦਾ ਆਸਰਾ ਲੱਭਦਾ ਹੈ, ਮੇਰੇ ਨਾਲ ਆਹ ਹੋਵੇ, ਮੇਰੇ ਨਾਲ ਉਹ ਹੋਵੇ, ਮੇਰੇ ਨਾਲ ਉਹ ਹੋਵੇ। ਤੇ ਜਿਹਦੇ ਨਾਲ ਗੁਰੂ ਨਾਨਕ ਹੋ ਜਾਵੇ, ਜਿਹਦੇ ਕੋਲ ਗੁਰੂ ਨਾਨਕ ਆ ਜਾਵੇ, ਜਿਹਦੇ ਨਾਲ ਗੁਰੂ ਨਾਨਕ ਤੁਰਿਆ ਫਿਰੇ, ਉਹ ਬੰਦਾ ਫਿਰ ਕਿੱਥੇ ਪਹੁੰਚੂ? ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦਿਓ। ਗੁਰੂ ਨਾਨਕ ਦੇ ਚਰਨਾਂ ਤੇ ਕਰੋ ਸਜਦਾ, ਉਹ ਗੁਰੂ ਜਿਹਨੂੰ ਹਿੰਦੂਆਂ ਨੇ ਵੀ ਮੱਥਾ ਟੇਕਿਆ, ਮੁਸਲਮਾਨਾਂ ਨੇ ਵੀ ਵਲੀ ਔਲਾ ਆਖਿਆ, ਉਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਧਰੋ ਧਿਆਨ ਤੇ ਗੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਹਾਂਪੁਰਸ਼ਾਂ ਦੀਆਂ ਵੱਡੀਆਂ ਸੇਵਾਵਾਂ, ਕਾਰ ਸੇਵਾ ਸੰਪਰਦਾਇ ਦਿੱਲੀ ਵਾਲੇ, ਸਤਿਕਾਰਯੋਗ ਬਾਬਾ ਫੌਜਾ ਸਿੰਘ ਜੀ, ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਸੱਚਖੰਡ ਵਾਸੀ, ਮੌਜੂਦਾ ਸਮੇਂ ਵੱਡੀਆਂ ਸੇਵਾਵਾਂ ਨਿਭਾ ਰਹੇ ਬਹੁਤ ਹੀ ਸਤਿਕਾਰਯੋਗ ਬਾਬਾ ਬਚਨ ਸਿੰਘ ਜੀ, ਇਹਨਾਂ ਅਸਥਾਨਾਂ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਗੁਰਜੰਟ ਸਿੰਘ ਜੀ, ਵੱਡੀਆਂ ਸੇਵਾਵਾਂ ਨੇ ਜਿੱਥੇ ਮਹਾਂਪੁਰਸ਼ਾਂ ਦੀਆਂ, ਉੱਥੇ ਆਪ ਗੁਰੂ ਕੀ ਸੰਗਤ ਬੜੇ ਦੂਰ ਦੁਰਾਡੇ ਤੋਂ ਚੱਲ ਕੇ ਹਰ ਮਹੀਨੇ ਇਹਨਾਂ ਅਸਥਾਨਾਂ ਉੱਤੇ ਸਜਦਾ ਕਰਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣ ਆਏ ਹੋ। ਬੰਦੇ ਦੀ ਖੁਸ਼ੀ ਨਾ ਕਦੀ ਲਓ, ਬੰਦਾ ਨਹੀਂ ਕਦੀ ਖੁਸ਼ ਹੋ ਸਕਦਾ। ਜਿਹੜੇ ਲੋਕ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰਾਂ 'ਚ ਪੈ ਗਿਆ ਵੀ ਸ਼ਾਇਦ ਉਹ ਖੁਸ਼ ਹੋ ਜੇ, ਉਹ ਖੁਸ਼ ਹੋ ਜੇ, ਬੰਦਾ ਨਹੀਂ ਖੁਸ਼ ਹੋ ਸਕਦਾ। ਪਰਮਾਤਮਾ ਹੀ ਆ ਜਿਹੜਾ ਕੁਝ ਨਾ ਕਹੋ ਤਾਂ ਵੀ ਖੁਸ਼ ਹੀ ਖੁਸ਼ ਆ। ਜਿੱਦਣ ਅਸੀਂ ਲੋਕਾਂ ਦੀਆਂ ਖੁਸ਼ੀਆਂ ਲੈਣੀਆਂ ਸ਼ੁਰੂ ਕੀਤੀਆਂ ਸੀ, ਉਦਣ ਆਪਣੀ ਝੋਲੀ ਦੁੱਖਾਂ ਨਾਲ ਭਰ ਲਈ। ਤੁਸੀਂ ਫਲਾਣੇ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਫਲਾਣੇ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਅਗਲੇ ਦਾ ਮੂੰਹ ਵੱਟਿਆ ਹੈ ਤੁਹਾਡੇ ਨਾਲ, ਨਹੀਂ ਉਹ ਬੋਲਣਾ ਚਾਹੁੰਦਾ, ਨਹੀਂ ਉਹ ਗੱਲ ਕਰਨੀ ਚਾਹੁੰਦਾ, ਨਹੀਂ ਉਹ ਤੁਹਾਡੇ 'ਤੇ ਪਤੀਜਣਾ ਚਾਹੁੰਦਾ, ਤੁਸੀਂ ਆਪਣੇ ਆਪ ਨੂੰ ਦੁੱਖਾਂ ਨਾਲ ਭਰ ਲਿਆ।
फिर खुशी ओनू करो जिहड़ा कदी रुसदा ही नहीं है। तो वह कौन आ? वह आ गुरु नानक पातशाह जिन्हें रुसना ही कदी नहीं। एक बार सारी संगत सीस झुकाओ अदब ते सत्कार सहित आखो जी सतनाम श्री वाहिगुरु जी। बहुत ही सत्कारयोग महापुरश बाबा बचन सिंह जी वो संगत अंदर तशरीफ लिया रहे ने। मैं नाल दे ढाडी सिंघां नूं कहांगा चढ़दी कला दे नाल जयकारा ला के बाबा जी उन्हां नूं जीओ आया आखो बोले बाबा जी उन्होंने अज तक ढाडी जथे बच्चों वाग प्यार दिता सारे दिली मुहब्बत करते हैं। मैं हार्दिक तौर पर उन्होंने चढ़ती कला वास्ते भी अरदास करता हाँ। गुरु पातशाह महापुरशों तंदुरुस्ती बख्शे सिर पर मेहर भरिया हाथ रखे। बहुत घट इदा दख्शियत वेखिया ने महापुरश वेखे ने जोड़े इदा संगत में बह के दवान सुनते हैं। वेखो लोग लैणा ला के खलोते आ बाबा जी को मिलने वास्ते। असी वड्डियां वड्डियां संपर्दावां च जाके वेख्या वड्डे वड्डे महापुरशां नूं मिल के वेख्या दवान च कोई नहीं आके बहिंदा। उन्हां ने अपना वखरा आसन लाया हुंदा वा लोकी उधर नूं तुरे जांदे आ दवान च बंदे गिनती दे रह जांदे आ। आ थोड़े दिन होए आ शायद 15-16 दिन पहलां दी गल आ असी रीठा साहिब हाजरी भरी गुरु नानक पातशाह दे दरबार अंदर 4 दिन दवान चले ते हर दवान तकरीबन भावें रात 2 बजे खत्म होया 12 बजे तक भी महापुरशां ने बह के दवान सुने। ये ना बुलारे भी एक चा चढ़ता तो संगत को भी होंगे कि कोई साडा मुखी कोई साडी संपर्दा का मुखी कोई महापुरश आके कोई भजन बंदगी वाली आत्मा विच बैठी है क्योंकि संगत बहुत वड्डी है। संगत तो वड्डा नहीं कुछ भी होंगे। सो गुरु कृपा करे तुहानू सारयां चढ़दी कला की दात बख्शे। एक अनाउंसमेंट आ फिर मैं प्रसंग तुहाडे चरणां च बिणे कर लगा हाँ। गड्डी का नंबर है UK 04 AB 8182 8182 नंबर आ गड्डी का और राह दे विच लगी आ। सेवादारां वल्लों बेनती आ भी गड्डी कृपा करके पासे की जाए। सरदार शमशेर सिंह जी कनेडा के नाँ तो बहुत सारी माया दे के नवाजा गुरु कृपा करे चढ़दी कला की दात बख्शे। सत्कारयोग बाबा बचन सिंह जी उन्हां वल्लों आशीर्वाद के रूप अंदर बहुत सारी माया दे के नवाजा गया है। गुरु बाबा जी चढ़दी कला की दात बख्शन सिर पर मेर भरिया हाथ रखना। आओ समा बड़ा गिनती बिनती का मैं प्रसंग तुहाडे चरणां च बिणे कर लगा हाँ। एक बार सारी संगत फिर हाथ जोड़ के आखो नानक नाम चढ़दी कला तेरे भाणे सरबत दा पला। अज दे मेरे प्रसंग का विषय है हंकार बंदे की मत किन्नी मार सकदा है। जिहड़ी गल बाणी ने आखी है ना हरजू हंकार ना भावई वेद कूक सुनावे। हर बीमारी का हल आ पर हंकार का हल कोई नहीं हैगा। हौमै दीर्घ रोग है दारू पी इस माहे। सब तो वड्डा रोग आ हंकार दा। बाकी जिन्ने रोग आ काम क्रोध लोभ मोह चुगली निंदिया उहदे वास्ते ते माहौल बनाउणा पैंदा। क्रोध वास्ते भी गुस्सा आऊगा ते फिर ही क्रोधी होऊ बंदा। बाकी जिन्नियां बीमारियां ने उहनां लई माहौल बनाउणा पैंदा ते माहौल बने ते बीमारी बंदे नूं चंबड़दी आ। हंकार वास्ते माहौल बनाउण दी लोड़ नहीं हंकार चत्ते पैर बंदे दे नाल आ। आम दुनियादारी बंदे की गल तो छड्डो साडे वर्गे जिहड़े सारी उम्र स्टेजां ते लोकां नूं मत्तां दिंदे मर जांदे आ हंकार उहनां दा भी खेड़ा नहीं छड्दा। गुरु की हजूरी च खलो के नहीं खेड़ा छड़दा। ये ताबिया बैठे नूं भी उन्ना ही चंबड़िया वा जिन्ना बाहर खलोते दुकानदार नूं चंबड़िया। ये भांडे मांजण वाले नूं भी चंबड़ जांदा वा चौर करन वाले नूं भी चंबड़ जांदा वा तप्पड़ झाड़न वाले नूं भी चंबड़ जांदा वा लंगर प्रशादा वरताउण लग्गिया भी चंबड़ जांदा है। मैं ना आवां ते पाऊ तुहाडे ते गुरद्वारे का काम ही ना चले। ये बीमारी इदां दी आ इहदे वास्ते माहौल नहीं बनाउणा पैंदा। ये बंदे नूं तैयार करदा हंकार। हंकारी बंदा आत्मक तौर ते मानसिक तौर ते हमेशा परेशान तुसीं वेखोगे। हंकार कहदा है? हंकार किसी भी चीज का हो सकता पैसे का हंकार गलबात का हो सकता है हंकार सुहप्पण का हो सकता है। तो हंकारी बंदा आज भी मरता है कल भी मरता है। तो गुरु नानक के दरबार अंदर हंकारी बंदे नूं थां कोई नहीं जगह कोई नहीं। अज का प्रसंग इदा का है हंकार बंदे दे कोलों गलियां दे विचों कख किदां चगाउंदा है।
मन बिरते एकागर रखियो, बड़े प्यार ना सरवण करियो। गुरु कृपा करे तुहाडी सारयां दी हाजरी दर ते प्रवान होवे। एक बार सारी संगत हाथ जोड़ के आखो जी सतनाम श्री वाहिगुरु जी। गुरु अमरदास महाराज का वेला, गुरु अमरदास महाराज बैठे ने गोइंदवाल साहब की मुबारक धरती दे उत्ते। वसाखी का मेला आ गया, संगत बड़ी दूर दराडे तो चल के गुरु अमरदास महाराज के दर्शन दारे करने वास्ते आ गई। अज वर्गा माहौल नहीं आ कि सवेरे 5 बजे गड्डी की सैल्फ मारो तो शामी 5 बजे तो ही दरबार साहब होवोगे। अज वर्गा माहौल थोड़ा असं भी अच्छ सवेरे ही पहुंचे 6 बजे इतने। उदो माहौल इदा का भी गड्डिया से जाना, लोगों ने तुर के जाना, कई महीना लग जाना, दो महीने लग जाने जिन्हें ने आना फिर समा खुला कट के आना। संगत बड़ी दूर दराडे तो चल के गुरु अमरदास महाराज के दर्शन दारे करने वास्ते आ रही है। काबल दे विचो गुरु अमरदास महाराज के दर्शन दारे करने वास्ते संगत तुरी, गलां दे विच ढोलकियां छैने पाए, पैरां तो जोड़े लाए। संगत काबल तो तुरदी है, जिथे रात पै जांदी है उथे पड़ा कर लैंदे आ, क्योंकि संगत विच बच्चे भी होंदे ने, बजुर्ग होंदे ने, बीबियां होंदियां ने, जिथे कदे पड़ा करना उथे संगत ने रुक जाना। लो जी चलती चलती संगत आ जाती है लाहौर। लाहौर आउंदिया आउंदिया संगत नूं पै गई रात। संगत विच मोहतबर जिहड़े सज्जन सी उन्होंने सोचा भी बच्चे नाल ने, बजुर्ग नाल ने, बीबियां नाल ने, रात पैंडा नहीं कीता जाना, लाहौर कोई चंगा जिहा टिकाणा वेख लैने आ तो उत्थे रात कट लैने आ। उन्हें किसी तुरे जाते बंदे नूं पुछिया भी इत्थे कोई लागे बन्ने थां हैगी है, जगह हैगी है, धर्मशाला हैगी है जिते असी 100-150 बंदा बह के रात काट लीए। दसन वाले ने आख्या जी धर्मशाला तो बड़ी दूर है, वह शहर के दूजे बन्ने आ, ते जे शहर का सारा घेरा घात के तुसी गए ते तुहानूं दे अमृत वेला उदा ही हो जाना है, ते जे रात ही कटनी है कोई जगह पर विश्राम ही करना है, आ थोड़े जे कदम अगे पुटो अगले बन्ने तुहानूं एक महल दिसेगा। बहुत वड्डा घर, बहुत वड्डी कोठी, बहुत वड्डा एक मकान दिसेगा, चिट्टे रंग की उहनूं सफेदी होई है, वड्डा सारा दरवाजा है, ड्योढ़ी के उत्ते चबारा है। उस घर के अंदर इन्नी क ज्यादा जगह है, तुसीं 100 तुरे फिरदे हो भावें 500 भी आ जाओगे तुहानूं उत्थे रहण नूं जगह मिल सकती आ। उह घर आ लाहौर शहर के सब तो तनाड बंदे गंगे शाह का, ते गंगे शाह वो बंदा है जिन्हें अद्धे तो ज्यादा लाहौर करजई किया। सारे लोग उहदे को पैसा धेला लैके वरतदे आ, नौकर चाकर बहुत आ, रोटी मंगोगे रोटी, पानी मंगूगा पानी, जो मंगोगे गंगे शाह को मिलेगा। दसन वाले ने सिफतां बड़ियां कीतियां, संगत ने ढोलकियां छैने वजाए ते गंगे शाह दे बूहे अगे, गंगे शाह अपने चबारे च करे आराम, ढोलकियां छैणियां दी सुनी आवाज, अपने नौकर नूं आवाज मार के कहिंदा वेखी कौन आया बाहर। नौकर ने चबारे दे उत्तों दी झाती मारी, वापस आके कहिंदा शाह जी कोई साध मंडली जापदी आ, गला च ढोलकियां छैने पाए आ, उची उची करन डए आ, भल्ले अमरदास गुण तेरे, भल्ले अमरदास गुण तेरे, पता नहीं किहदा नां लैंदे उची उची तुहाडे बूहे अगे खलोते आ। गंगा शाह कहिंदा उन्हां नूं कह मेरी नींद ना खराब करो, होर किसे दा जाके बूहा मलो, इथों कख नहीं मिलना तुहानूं। नौकर ने उत्तों आवाज मार के आख्या ओ भाई इत्थे नहीं जे कख भी हैगा, शाह नूं गुस्सा ना चढ़ायो, आराम करदा पिया है, तुसीं होर कितने चले जाओ। थले खलोती संगत ने आवाज मार के आख्या भाई तेनू थोड़ा मिलना है, असीं वड्डे शाह नूं मिलना, गंगे शाह नूं लिया। लोकी गंगे शाह दीआं सिफतां बड़ियां करदे आ, कहिंदे गंगे शाह वर्गा बंदा कोई नहीं, एक वारी शाह नूं मिला ते सही। इन्नी गल कह के संगत ने फिर गाउणा शुरू कर दिता, भल्ले अमरदास गुण तेरे, भल्ले अमरदास गुण तेरे। नौकर आया वापस, वो कहन लगा शाह जी वो नहीं जो सुनदे गिणदे मेरी, उहदे सिद्धी गल कहिंदे तुहानूं मिलना। गंगे शाह उठिया चबारे तो बाहर निकलिया,
एक लत चुक के उन्हें बनेरे दे उते रखी ते अपनिया ढाकां ते हाथ रख के ठां नूं वेख के कहिंदा ओ कौन भाई किधर मूंह चुकिया मेरे घर दे अगे। संगत ने तां नूं वेख्या गंगे शाह दी खलोनी ते गंगे शाह दी बोलनी ते गंगे शाह दी वेखनी ने संगत नूं इह गल समझा दित्ती भी जिन्ना गंगे ना शाह दा नां सुणिया वा अंदरों बंदा जीरो ही आ। तुहाडी खलोनी तुहाडी वेखनी तुहाडी बहनी ये सब तो पहला बंदे दे उते असर करदी आ भी तुसीं अंदरों की जे तुहाडी ट्यून दस दिंदी आ गल करन दा तरीका दस दिंदा है तुसीं गल उतले मनो कर रहे हो अंदरों कर रहे हो कि टाइम पास कर लगे हो अगले दे नाल तुहाडा वेखण दा नजरिया दस दिंदा तुसीं वेखण लगे हो किहड़े तरीके दे नाल। गंगे शाह दी खलोनी बोलनी ते उहदी आवाज ने संगत अगे तस्वीर काफी साफ कर दित्ती। संगत ने थल्ले आवाज मार के आख्या शाह जी संगतिया गुरु अमरदास महाराज के दर्शन दारे करने वास्ते चले सो गोइंदवाल साहब सानू पै गई आ रात बच्चे नाल ने बजुर्ग नाल ने बीबिया नाल ने केदा जाके बूआ मल्लांगे असी सोचा ताडे कोल आ जाने ताडी लोगों ने सिफत बड़ी की आ एक नुक्कर दे विच बैठे रहांगे सानू अपने घर दे विच थोड़ी जी थां दे ਸੱਚ ਆਨੇ ਆ ਵਸੇ ਅਜੇ ਦੂਰਦਾਰ ਨੇ ਦੂਰੀ ਅਜੇ
बसे गुरु दे दुआने मारी मत शादी सारे हंकार ने मारी मत शादी सारे हंकार ने
हाथ जोड़ के हसेंगे ओंकार ने, हाथ जोड़ के हसेंगे ओंकार ने, मारी मत शाह दिशा रे ओंकार ने, मारी मत शाह दिशा रे ओंकार ने, मारी मत शाह दिशा रे ओंकार ने। एक बार सारी संगत शीश चुका के आखो नानक नाम चढ़ती कला तेरे भाने सरबत दा पला। तुसी सरवण कर रहे हो गुरु अमरदास महाराज दा वक्त, संगत नूं हनेरा होया, रात पई, लाहौर दे सब तो तनाड़ गंगे शाह दे बूहे अगे खलो के संगत ने आख्या शाह जी ताडा नाम बड़ा सुनिया है, दरवाजा खोल दिओ सानू अंदर नगालो, असी एक नुक्कर च बैठे रहांगे, तानू तंगी कोई नहीं, तुहानू परेशानी कोई नहीं दिंदे, सवेर हुंदे सार असी सारे दे सारे चले जावांगे। गंगे शाह ने आख्या कोई धर्मशाला है, वेखो बंदा जिहड़े तरीके नाल तुहाडे नाल गल कर रहा हुंदा है उस तो एक चीज स्पष्ट हुंदी है कि उन्हें विगाड़नी है कि उन्हें रखनी है, इह नेचर बंदे दा दस दिंदा है, वो विगाड़ेगा ते जे नभावेगा, जे गल करेगा ते होर किन्ना चिर करेगा, बंदे दा शुरुआती बोल दसदा है। गंगे शाह ने आवाज मार के आख्या चले किथे हो, वह कहिंदा जे गुरु अमरदास महाराज के दरबार अंदर, कहिंदा जे गुरु अमरदास तुहाडा इन्ना ही करने वाला ते लोकां दे बोहां दे अगे धक्के क्यों खांदे फिरदे, जे गल आ गई ना उन्हें विगाड़नी सी कि अंदर ना नगावां, उन्हें विगाड़न का तरीका वेखो की लभ्या, उन्हें शुरुआत अंदर ही दस दिता कि मैं ताड़ी सुननी गिणनी कोई नहीं, कहिंदा जे ताड़ा गुरु अमरदास इन्ना ही करने वाला एडा ही महान है ते लोकां दे बूहां दे दरवाजे खड़काउंदे फिरदे हो, तरले कढ़दे फिरदे हो, जाके गुरु अमरदास महाराज का द्वारा मलो, थले खलोती संगत अजे भी निम्रता विच सी, उन्हें आख्या शाह जी इदां दी गल कोई नहीं, गुरु अमरदास नमाणिया का माण, नताणिया का तान, न्योटिया की ओट, निगत्तिया की गत, निपत्तिया की पत, निधरिया की धिर, निथाव्या के थाव, उन्हां वर्गा कोई नहीं, असी सवेरे चले जाना, सानू एक रात रख लो। ते हंकारी गंगे शाह इथों तक उन्हूं हंकार होया, उन्हें एक गल च गल नबेड़ के आख्या ओहो ही गुरु अमरदास है ना जिहड़ा कुड़मां दे बूहे ते जाके बैठा ते उत्थे बाबा बन के बह गया, बुआ ते कुड़मां दा मल के बैठा ना। थले खलोती संगत ने आख्या शाह जी असी चोपिया, असी कहिंदे कख नहीं, इहदा इह मतलब नहीं वी सानू गल करनी नहीं आउंदी। कई वारी अगला तुहानू बेवकूफ समझ रहा हुंदा, वो ये सोचदा भी मेरे बिना इहनां दा सरना नहीं, मेरे बिना इहदा गुजारा ही कोई नहीं। सबर बड़ी चीज आ, जिदन बंदे नूं सबर करना आ जावे बंदा उदन अपने शरीर अपनी आत्मा तो बिना भी सब कुछ सार लैंदा, वड्डियां वड्डियां तो बिना गुजारे हो जांदे, इह कीड़ी गल है। हंकार है ना बंदे नूं, किसी का तरला कढ़ना, किसी की मिन्नत करना, किसी के अगे उहदी गल करना, अगला आखे भी इहदा मेरे बिना सरदा ही नहीं, सरदा है, फर्क है कि असल विच तैनूं छड्डना नहीं चाहुंदा, तैनूं विगाड़ना नहीं चाहुंदा। जदों बंदे ते राज हंकार करदा पैड़ा होर ही रंग चढ़ा देंदा, सारी जीबा चो कट मिठास लैंदा, हो जीबानू नवी चढ़ा देंदा, हो माड़ा बोलदा धरती ना पार चले, हथी सादा हथियार फड़ा देंदा, सदा निम्रता भली बलदेव सिंगा,
ਕਲੀਓ ਕੱਖ ਹੰਕਾਰ ਜੁਗਾ ਦਿੰਦਾ ਕਲੀਓ ਕੱਖ ਹੰਕਾਰ ਜੁਗਾ ਦਿੰਦਾ ਹੰਕਾਰੀ ਬੰਦਾ ਹਮੇਸ਼ਾ ਇਹ ਸੋਚੇਗਾ कि मेरे सामने खलोता जिहड़ा हाथ जोड़दा है बार बार जिहड़ा मेरे तरले करदा जिहड़ा मेरी मिन्नत करदा है ये बहुत वड्डा बेवकूफ है इहदा मेरे बिना गुजारा नहीं। असल चो बेवकूफ नहीं असल चो एडी छेती गल तोड़नी नहीं चाहुंदा वह कहिंदा भी गल किसे सिरे लगनी चाहीदी आ। सियाणा बंदा उलझन दे विच पै के ना रिश्तेदारी वल्लों टुटदा है ते ना सज्जन वल्लों टुटदा है ते ना गुरु वल्लों टुटदा है। एक बेनती करते हैं महापुरशां दे वल्लों वड्डा उपराला जिथे संगत आ रही है सेवावां लैके आ रहे हो तुसीं उत्थे महापुरशां ने रक्तदान खूनदान महादान बार खूनदान का कैंप भी लगा किसी की जिंदगी बच सकती है। नाल ही चैसट रोगों के स्पैशलिस्ट डॉक्टर मनदीप सिंह उन्हां दे वल्लों कैंप भी लाया गया है। पहली तो गल हर बंदा तंदुरुस्ती चाहिए क्योंकि तंदुरुस्ती तो वड्डी दुनिया से कोई नियामत नहीं पर फिर भी जे कितें लोड़ पै जाए तो तुसीं डॉक्टर साहब नूं विखा सकते हो ये बेनती इन्नी क प्रवान करो। एक बार सारी संगत हाथ जोड़ के आखो सतनाम श्री वाहिगुरु जी। संगत ने आख्या गंगे शाह जी जे साडे हाथ जुड़े ने जे तुहानूं प्यार ना बोलते हाँ इहदा इह मतलब नहीं भी सानूं गल्लां नहीं अगों आउंदियां टुटना सानू भी आता है पर साडे गुरु ने सानू सिखाया ही यह आ कि प्यार की भाषा बोलनी आ अगले का एंड तक सबर वेखो भी वह कितों तक सबर रखता है। गंगे शाह ने लत होर चुक के बनेरे तक लिया कहिंदा कर लोगे की मेरा विगाड़ोगे की मैं लाहौर का तनाड मेरे वर्गा कोई नहीं ताडे वर्गे लखा आउंदे ने लखा जांदे ने जाओ चुको अपनियां ढोलकियां छैणे ते जाके गुरु अमरदास दा दवारा मलो मैं ताड़ी परवाह कोई नहीं करदा। छाह वल वेख के संगत ने आख्या शाह जी बाकी सब कुछ मंजूर है पर संगत ते गुरु अमरदास दा अपमान मंजूर नहीं। गुर की निंदा सुने ना कान गुर उपर जाइए कुरबान। गंगे शाह ने अपनी मुछ ते हथ रख के आख्या भी गंगे शाह वा सियाणप दे नाल मैं कारोबार खड़ा किया सारा कुछ बनाया ताडे अर्गे रोज़ इत्थे ढोलकियां छैणे वजाउणगे ते मैं ते लुटिया जाऊंगा कख नहीं हैगा चले जाओ। ऐतकी सबर का बंध टुटा फिर संगत का जो सबर का बंध टुटदा है फिर बहुत कुछ होंदा है। संगत ने आख्या गंगे शाह जी बस ना ताडे घर आउणा ना अंदर बहना ना तुहाडे मत्थे लगना है पर इस तो बाद एक शब्द ना बोलियो। गंगे शाह कहिंदा करके लोगे ते संगत ने आख्या संगत विचो बजुर्ग बोल के कहन लगा गंगे शाह जे मैं कला कुछ कहां ते कख नहीं हुंदा बंदा बंदे दा कख नहीं बिगाड़ सकता पर जदों बंदा दंद कथा दे विच आ जावे बहु गिणती लोकां दी जबान ते चढ़ जावे फिर वह हो जांदा हुंदा जे कहिंदा करोगे की। संगत ने थल्ले खलो के आख्या गंगे शाह जी अपने कहे शब्दों की माफी मंगते हो तो ठीक आ नहीं मंगते तो सानू भी गुरु अमरदास से माण आ ताडा रवे कख ना ताडा रवे कख ना। गंगे शाह कहिंदा जाओ तुरे जाओ ताडे अर्गे बथेरे आउंदे रोज ताडे आख्या मेरा नुकसान होन लगे तो ताडे आख्या मेरे अर्गे बंदे मरन लगन घाटे चरण लगन ते फिर दुनिया रहू कित्थे। संगत ने आख्या ये अही नहीं जानते ये साडा गुरु अमरदास जानता है अही गल हुण उहदे ते सुट्टी आ। संगत तुरी पैंडा कट के ते गोइंदवाल साहब आ गई जिदा तुसीं बैठे हो इदा संगत बैठी सी। वारी आई काबल दी संगत दी महाराज नूं आके मत्था टेकिया जानी जान सतगुरां ने मुस्कुरा के पुछिया संगत जी सफर किदां रहा। हुण महाराज ने गल ही सफर तो तोरी क्योंकि जानी जान बैठा सी दाता। महाराज ने आख्या संगत जी सफर किदां रहा। संगत ने आख्या महाराज सफर बहुत वधिया रहा जिहदे नाल गुरु अमरदास होवे उहनूं कदे सफर च घाटा कोई। महाराज ने आख्या कुछ मंगो बड़ी दूरों चल के आए जे गुरु नानक दे घर दरवाजे खुल्ले कुछ मंग लो। संगत कहिंदी महाराज
ਤੁਹਾਡਾ ਦਿੱਤਾ ਬਹੁਤ ਕੁਝ ਆ, ਪੈਸੇ ਧੇਲੇ ਦੀ, ਸ਼ੌਹਰਤ ਦੀ, ਮਾਣ ਮਰਿਆਦਾ, ਰੋਟੀ ਪਾਣੀ ਦੀ ਕੋਈ ਲੋੜ ਨਹੀਂ, ਤੁਹਾਡਾ ਹੀ ਦਿੱਤਾ ਸਭ ਕੁਝ ਚੱਲਦਾ, ਪਰ ਇੱਕ ਬੋਲ ਪਗਾਉਣਾ ਵਾ। ਮਹਾਰਾਜ ਹੱਸ ਪਏ, ਜਾਣੂ ਜਾਣੂ ਸੀ ਦਾਤਾ। ਮਹਾਰਾਜ ਮੁਸਕਰਾ ਪਏ, ਕਹਿੰਦੇ ਕੀ ਹੋਇਆ ਸੰਗਤ ਜੀ? ਸੰਗਤ ਨੇ ਆਖਿਆ ਪਾਤਸ਼ਾਹ ਤੁਹਾਡੇ ਤੇ ਮਾਣ ਬੜਾ ਵਾ, ਇੱਥੇ ਬੈਠਿਆਂ ਹੁਣੇ ਬਚਨ ਪੂਰਾ ਹੋਣਾ ਚਾਹੀਦਾ ਹੁਣੇ, ਤੇ ਤੁਹਾਡੇ ਤੋਂ ਬਿਨਾਂ ਹੀ ਕਿਸੇ ਨੂੰ ਕਹਿਣਾ ਵੀ ਨਹੀਂ ਆ, ਕਿਸੇ ਦੀ ਜਿੱਦ ਤੋੜਨੀ ਆ, ਕਿਸੇ ਦੀ ਹਿੰਡ ਤੋੜਨੀ ਆ ਬਸ। ਮਹਾਰਾਜ ਕਹਿੰਦੇ ਕੀ ਹੋ ਗਿਆ ਸੰਗਤ ਜੀ? ਗੁਰੂ ਨਾਨਕ ਦਾ ਘਰ ਆ, ਤੇ ਜੇ ਤੁਹਾਡੀਆਂ ਨਹੀਂ ਜਿੱਦਾਂ ਪਗਾਉਣੀਆਂ ਤੇ ਪਗਾਉਣੀਆਂ ਕਿਹਦੀਆਂ? ਤੁਸੀਂ ਸਾਡੇ ਧੀਆਂ ਤੇ ਪੁੱਤ ਦੱਸੋ ਚਾਹੀਦਾ ਕੀ ਹੈ? ਕਹਿੰਦੇ ਸਾਨੂੰ ਨਹੀਂ ਕੁਝ ਚਾਹੀਦਾ। ਲਾਹੌਰ ਸ਼ਹਿਰ ਦੇ ਵਿੱਚ ਇੱਕ ਗੰਗੇ ਸ਼ਾਹ ਨਾਮੀ ਸ਼ਾਹ ਵੱਸਦਾ ਹੈ, ਉਹਦਾ ਹੰਕਾਰ ਤੋੜਦਾ। ਮਹਾਰਾਜ ਕਹਿੰਦੇ ਕਿੱਦਾਂ? ਕਹਿੰਦੇ ਕਰਨਾ ਕੱਖ ਨਹੀਂ, ਨਾ ਉਹਦੇ ਪਰਿਵਾਰ ਦਾ ਨੁਕਸਾਨ ਹੋਵੇ, ਨਾ ਉਹਦੇ ਬੱਚਿਆਂ ਦਾ ਨੁਕਸਾਨ ਹੋਵੇ, ਤੇ ਨਾ ਹੀ ਉਹਦਾ ਨੁਕਸਾਨ ਹੋਵੇ, ਬਸ ਇੱਕ ਬੇਨਤੀ ਆ ਪਾਤਸ਼ਾਹ ਗੰਗੇ ਸ਼ਾਹ ਦਾ, ਰਵੇ ਜਿਸ ਧਨ ਦਾ ਹੋ ਰਿਹਾ ਨਾ ਪੱਲੇ, ਹੋ ਮਾਰ
गया सज टूबा छले उड़ने आकाश उत्ते डिगे फर्श ते ओ इंसान वेखे जरनैल सिंघा नहीं तोड़ हंकार चढ़दा इत्थे मिले निमाण आमाण वेखे इत्थे मिले सारी संगत सीस चुका के आखो नानक नाम चढ़दी कला तेरे भाने सरबत दा पला। गुरु अमरदास महाराज दे अगे बैठी संगत कहिंदी पातशाह एक बंदे नूं इत्थों हंकार तो ला के ते थले लिआउणा वा वी दुनियादारी की चीज आ, समाज की चीज आ, संसार की चीज आ। महाराज वो बंदा जानो नहीं मारना, उदे टब्बर का नुकसान ना होवे, उदे बच्चियां का नुकसान ना होवे, बस एक काम कर दे दादा उदे पैर लाहौर नहीं लगने चाहिए, होर जिथे मर्जी उन्हूं वड्डा शाह बना दे। ते जेदे बंदे का अड्डा ही पुट्टे आ गया उदे बंदे दे रह जा पल्ले कख की रहा, जेदा मार्केट चो अड्डा अड्डा ही डा दिए वो जिथे मर्जी चला जाए मुड़के पैर वह जे बंदे दे नहीं लगते
ਕਹਿੰਦਾ ਦਾਤਾ ਉਹਦਾ ਹੰਕਾਰ ਥੱਲੇ ਲਾਉਣਾ ਹੈ। ਉਹਨੂੰ ਦੱਸਣਾ ਵੀ ਸੰਗਤ ਵੱਡੀ ਹੁੰਦੀ ਏ, ਕਿਸੇ ਦੇ ਜੁੜੇ ਹੱਥ, ਕਿਸੇ ਦੀ ਨਿਮਰਤਾ, ਕਿਸੇ ਦਾ ਪਿਆਰ, ਕਿਸੇ ਦੇ ਭਰੋਸੇ ਦਾ ਮਜ਼ਾਕ ਨਹੀਂ ਉਡਾਈਦਾ। ਤੇ ਯਾਦ ਰੱਖ ਉਹਨੂੰ ਇਹ ਦੱਸਣਾ ਕਿ ਲਾਰਿਆਂ ਦੇ ਨਾਲ ਜ਼ਿੰਦਗੀ ਜਿਉਣ ਵਾਲੇ ਬੰਦਿਆਂ ਵਾਸਤੇ ਜ਼ਿੰਦਗੀ ਵੀ ਇੱਕ ਦਿਨ ਲਾਰਾ ਬਣ ਜਾਂਦੀ ਹੈ। ਮਹਾਰਾਜ ਹੱਸ ਪਏ ਤੇ ਮੇਰੇ ਦਾਤੇ ਦੇ ਹੱਸਣ ਦੀ ਦੇਰ ਸੀ, ਗੰਗੇ ਸ਼ਾਹ ਦੇ ਰੋਣ ਦੇ ਦਿਨ ਸ਼ੁਰੂ ਹੋ ਗਏ ਉੱਧਰਲੇ ਬੰਨੇ। ਸੰਗਤ ਦੀ ਥੋੜ੍ਹਾ ਮੁੜਦੀ ਸੀ, ਇੱਕ ਮਹੀਨੇ ਬਾਅਦ ਆ ਸੰਗਤ ਮੁੜੀ ਵਾਪਸ ਤੇ ਨੰਗੀ ਉਸੇ ਹੀ ਬਾਜ਼ਾਰ ਵਿੱਚੋਂ ਤੇ ਕਿਸੇ ਨੂੰ ਪੁੱਛਦੇ ਆ ਗੰਗੇ ਸ਼ਾਹ ਹੈਗਾ ਘਰ, ਤੇ ਦੱਸਣ ਵਾਲਾ ਕਹਿੰਦਾ ਕਿਹੜਾ ਸ਼ਾਹ, ਪਤਾ ਨਹੀਂ ਇੱਕ ਮਹੀਨੇ ਦੇ ਵਿੱਚ ਵਿੱਚ ਨੂੰ ਹੋਇਆ ਕੀ, ਉਹਦੇ ਵਰਗਾ ਨੰਗ ਹੀ ਕੋਈ ਨਹੀਂ ਹੈਗਾ ਲਾਹੌਰ ਦੇ ਵਿੱਚ। ਕਹਿੰਦੇ ਹੈ, ਸੰਗਤ ਮੁਸਕਰਾ ਪਈ ਵੀ ਇਹਦੇ ਗੁਰੂ ਅਮਰਦਾਸ ਦੀ ਕਲਾ ਵਰਤ ਪਈ, ਦਾਤਾ ਸਾਡੀ ਅੜੀ ਪਗਾ ਗਿਆ, ਕੋਈ ਗੱਲ ਨਹੀਂ ਅਕਲੇ ਦੀ ਟਿਕਾਣੇ ਲਿਆਉਣੀ ਆ। ਕਹਿੰਦੇ ਹੋਇਆ ਕੀ, ਕਹਿੰਦੇ ਹੋਣਾ ਕੀ ਆ, ਇੱਕ ਮਹੀਨੇ ਦੇ ਵਿੱਚ ਵਿੱਚ ਦੁਕਾਨਾਂ ਵਿਕ ਗਈਆਂ, ਕਾਰੋਬਾਰ ਵਿਕ ਗਿਆ, ਟੂਮਾ ਛੱਲੇ ਸਭ ਕੁਝ ਵਿਕ ਗਿਆ। ਹੁਣ ਤੇ ਉਹਦੇ ਘਰਦੇ ਵੀ ਉਹਨੂੰ ਮੂੰਹ ਲਾ ਕੇ ਰਾਜੀ ਨਹੀਂ, ਰੋਟੀ ਪੱਕਦੀ ਦੇ ਯਾਰ ਆ ਭਾਈ ਸਾਰੇ। ਉਹਦੇ ਘਰਦਿਆਂ ਵੀ ਬਾਹਰ ਪਾਇਆ, ਪਾਪਾ ਪੈਸੇ ਲਿਆਉਂਦਾ ਹੈ, ਪਾਪਾ ਚੰਗਾ ਲੱਗਦਾ ਹੈ, ਹੁਣ ਪਾਪੇ ਦੇ ਪੱਲੇ ਕੱਖ ਨਹੀਂ ਹੈਗਾ ਤੇ ਪਾਪਾ ਚੰਗਾ ਵੀ ਨਹੀਂ ਲੱਗਦਾ। ਇਹਦੇ ਕੁਦਰਤੀ ਦਸਤੂਰ ਆ ਭਾਈ, ਜਿੰਨਾ ਚਿਰ ਐਂ ਕਰੋਗੇ ਸਾਰੇ ਹੀ ਤੁਹਾਡੇ ਆ, ਜਿੱਦਣ ਐਂ ਕਰਨ ਲੱਗ ਪਏ ਪਤਾ ਤਾਂ ਉੱਦਣ ਲੱਗਣਾ ਵੀ ਵਾਕਿਆ ਕਿ ਤੁਹਾਡਾ ਹੈਗਾ ਕਿ ਨਹੀਂ ਹੈਗਾ। ਕਹਿੰਦੇ ਮਿਲੂ ਕਿੱਥੇ, ਕਹਿੰਦੇ ਮਿਲਣਾ ਕੀ, ਆਓ ਪਿੱਪਲ ਥੱਲੇ ਬੈਠਾ, ਮੱਥੇ 'ਤੇ ਹੱਥ ਰੱਖ ਕੇ ਬੈਠਾ ਜੇ। ਸੰਗਤ ਕਹਿੰਦੀ ਆਓ ਮੱਲ, ਉਹ ਕਹਿੰਦੇ ਉਹਦੇ ਵਿਕ ਗਿਆ, ਦੂਜੇ ਦਿਨ ਹੀ ਵਿਕ ਗਿਆ, ਮਹੀਨਾ ਹੈਗਾ ਵਿਕੇ ਨੂੰ। ਹੋਇਆ ਪਤਾ ਨਹੀਂ ਕੀ ਆ ਗੰਗੇ ਸ਼ਾਹ ਦੇ ਨਾਲ, ਦੁਨੀਆਂ ਦਾ ਦਸਤੂਰ ਹੈ ਰੱਬ ਨਾ ਤੇ ਗੋਲੀ ਮਾਰਦਾ ਨਾ ਡਾਂਗ ਮਾਰਦਾ, ਜਿੱਦਣ ਮਾਰਦਾ ਬੰਦੇ ਦੀ ਮੱਤ ਮਾਰ ਦਿੰਦਾ। ਵੱਡੇ ਵੱਡੇ ਅਕਲ ਵਾਲੇ ਵੀ ਲੋਕ ਕਹਿੰਦੇ ਲੈ ਤੂੰ ਵੀ ਆ ਗਲਤੀ ਕਰ ਸਕਦਾ, ਕਰਦਾ ਨਹੀਂ ਕਰਾਉਣ ਵਾਲਾ ਕਰਾ ਗਿਆ, ਕਿਉਂਕਿ ਮੱਤ ਮਰਦੀ ਏ ਹੀਲੇ ਪਰਮਾਤਮਾ ਬਣਾਉਂਦਾ। ਹੁਣ ਉੱਤੋਂ ਉੱਤਰ ਕਹਿੰਦੇ ਡਾਂਗ ਸਿਰ 'ਚ ਮਾਰਨ ਹੋ ਰਿਹਾ, ਜਦੋਂ ਮੱਤ ਹੀ ਮਰ ਗਈ ਬੰਦਾ ਜੀਰੋ ਹੋ ਜਾਂਦਾ, ਹੀਰੋ ਤੋਂ ਜੀਰੋ ਬਣਦਿਆਂ ਦੇਰ ਨਹੀਂ ਲੱਗਦੀ। ਸੰਗਤ ਨੇ ਨਾਲ ਹੀ ਅਰਦਾਸ ਕਰ ਦਿੱਤੀ, ਵੇਖੋ ਸੰਗਤ ਸੰਗਤ ਹੀ ਆ, ਸੰਗਤ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸੰਗਤ ਨੇ ਨਾਲ ਹੀ ਆਖਿਆ ਗੁਰੂ ਅਮਰਦਾਸ ਬਸ ਆਕਾਸ਼ੋਂ ਥੱਲੇ ਲਾਉਣਾ ਸੀ ਇੱਕ ਵਾਰੀ, ਕੋਈ ਨਹੀਂ ਦਾਤਾ ਫਿਰ ਚਲਾ ਇਹਦਾ ਕਾਰੋਬਾਰ, ਫਿਰ ਇਹਨੂੰ ਵੱਡਾ ਸ਼ਾਹ ਬਣਾ, ਕੋਈ ਗੱਲ ਨਹੀਂ। ਸੰਗਤ ਚਲ ਗਈ, ਗੰਗੇ ਸ਼ਾਹ ਪਿੱਪਲ ਥੱਲੇ ਬੈਠਾ, ਸੋਚੇ ਵੀ ਮੇਰੇ ਕੋਲ ਗਲਤੀ ਹੋਈ ਕਿੱਥੇ ਆ, ਇਹੋ ਸੋਚਣਾ ਸੀ ਵੀ ਸਾਰਾ ਕੁਝ ਹੀ ਗਿਆ, ਪਰਛਾਵਾਂ ਵੀ ਕੋਲ ਨਹੀਂ ਹੈਗਾ ਮੇਰੇ। ਔਖੇ ਟਾਈਮ 'ਤੇ ਪਰਛਾਵਾਂ ਵੀ ਜਵਾਬ ਦੇ ਜਾਂਦਾ ਬੰਦੇ ਦਾ। ਲਾਗੇ ਦਾ ਨੌਕਰ ਬੈਠਾ ਸੀ, ਉਹਨੇ ਹੱਥ ਜੋੜ ਕੇ ਆਖਿਆ ਸ਼ਾਹ ਜੀ ਮੈਂ ਤਾਂ ਚੱਲਿਆ ਜੀ। ਮੈਂ ਕਿਹਾ ਤੂੰ ਵੀ ਚੱਲਿਆ? ਕਹਿੰਦਾ ਸ਼ਾਹ ਜੀ ਬੱਚੇ ਪਾਲਣੇ ਆ, ਕੋਈ ਨਵਾਂ ਲੱਭ ਲੈਂਦੇ ਮਾਲਕ, ਤੁਹਾਡੇ ਕੋਲ ਤਾਂ ਹੁਣ ਹੈ ਕੱਖ ਨਹੀਂ। ਗੰਗੇ ਸ਼ਾਹ ਕਹਿੰਦਾ ਪਰ ਮੈਂ ਕਿੱਥੇ ਜਾਵਾਂ, ਇੱਦਾਂ ਤਾਂ ਰੋਟੀ ਮੰਗ ਕੇ ਖਾਧੀ ਵੀ ਨਹੀਂ ਜਾਣੀ, ਕਿਹਦੇ ਅੱਗੇ ਹੱਥ ਕਰਾਂ ਮੈਂ ਵੀ ਮੈਨੂੰ ਰੋਟੀ ਦੇ ਦਿਓ। ਨੌਕਰ ਸੋਹਣਾ ਜਿਹਾ ਪਰਮਾਤਮਾ ਬੰਦਾ ਸੀ, ਕਹਿਣ ਲੱਗਾ ਸ਼ਾਹ ਜੀ ਇੱਕ ਮਹੀਨਾ ਪਹਿਲਾਂ ਜਿਹਨੂੰ ਕਹਿੰਦੇ ਸੀ ਨਾ ਕਿਹੜਾ ਗੁਰੂ ਅਮਰਦਾਸ, ਗੋਇੰਦਵਾਲ ਹੀ ਚਲੇ ਜਾਓ, ਉੱਥੇ ਲੰਗਰ ਵਾਧੂ ਲੱਗਾ, ਚੁੱਪ ਕਰਕੇ ਲੰਗਰ 'ਚੋਂ ਬੁਲਕਾ ਪਾਣੀ ਖਾ ਛੱਡਿਆ ਅਤੇ ਲੰਮੇ ਪੈ ਛੱਡਿਆ, ਹੋਰ ਰੋਟੀ ਕਿਤੇ ਫ੍ਰੀ ਨਹੀਂ ਜੇ ਮਿਲਣੀ ਤੁਹਾਨੂੰ। ਗੰਗੇ ਸ਼ਾਹ ਦੀ ਸੁਰਤ ਘੁੰਮੀ, ਕਹਿਣ ਲੱਗਾ ਗੰਗੇ ਸ਼ਾਹ ਵੇਖ ਦਿਨ ਫਿਰਦੇ, ਕੱਲ੍ਹ ਜਿਨ੍ਹਾਂ ਨੂੰ ਤੂੰ ਬਨੇਰੇ 'ਤੇ ਲੱਤ ਰੱਖ ਕੇ ਕਹਿੰਦਾ ਹਾਂ ਕਿਹੜਾ ਗੁਰੂ ਅਮਰਦਾਸ, ਅੱਜ ਲੋਕੀ ਕਹਿੰਦੇ ਉਸ ਗੁਰੂ ਅਮਰਦਾਸ ਦੇ ਦਰਬਾਰ 'ਚ ਜਾ, ਲੰਗਰ ਮਿਲਣਾ ਉੱਥੋਂ। ਨਵੇਂ ਨਵੇਂ ਤੂੰ ਖੇਲ ਰਚਾ ਦੇਵੇਂ, ਹੋ ਜਿਹੜੇ ਮੋਤੀਆਂ ਦਾ ਦਾਨ ਕਰਨ ਵਾਲੇ ਹੱਥੀਓਂ ਨਾ ਦੇ ਠੂਠੇ ਫੜਾ ਦੇਵੇਂ, ਬਾਦਸ਼ਾਹੀ ਤੂੰ ਬਖਸ਼ ਦੇ ਕੰਗਲਿਆਂ ਨੂੰ, ਬਹੁਤ ਬਾਦਸ਼ਾਹਾਂ ਤੋਂ ਭੀਖ ਮੰਗਾ ਦੇਵੇਂ, ਮੌਜੀ ਆਖਦਾ ਤੇਰਾ ਨਹੀਂ ਅੰਤ ਆਉਂਦਾ,
ਤਾਜ ਸੋਭ ਦੇ ਖਾਕ ਮਿਲਾ ਦੇਵੇ ਤਾਜ ਸੋਭ ਦੇ ਖਾਕ ਮਿਲਾ ਦੇਵੇ ਗੰਗੇ ਸ਼ਾਹ ਨੇ ਰੱਖਿਆ ਮੋਢੇ ਤੇ ਪਰਨਾ ਤੇ ਤੁਰ ਪਿਆ ਕਹਿੰਦਾ ਚੱਲ ਗੰਗੇ ਸ਼ਾਹ ਇਹਨੂੰ ਕਹਿੰਦੇ ਆ ਦਿਨਾਂ ਦੀ ਮਾਰ ਜਿਹਨੂੰ ਕਹਿੰਦਾ ਆ ਕੁੜਮਾਂ ਦੇ ਬੂਹੇ ਅੱਗੇ ਬੈਠਾ ਸਾਧ ਬਾਬਾ ਬਣ ਗਿਆ ਹੁਣ ਰੋਟੀ ਵੀ ਸ਼ਾਇਦ ਉਹਨੇ ਹੀ ਦੇਣੀ ਆ ਅਤੇ ਗੰਗੇ ਸ਼ਾਹ ਕਹਿੰਦਾ ਮੈਂ ਉਹਦੇ ਸਾਹਮਣੇ ਕਿੱਦਾਂ ਜਾਊਂ ਸਾਹਮਣੇ ਕਿੱਦਾਂ ਜਾਊਂ ਹੰਕਾਰ ਆ ਨਾ ਮੈਂ ਪਹਿਲਾਂ ਦੱਸਿਆ ਵੀ ਇਹ ਨਹੀਂ ਖੈੜਾ ਛੱਡਦਾ ਛੇਤੀ ਫਿਰ ਗੰਗੇ ਸ਼ਾਹ ਨੇ ਸਕੀਮ ਲਾਈ ਗੰਗੇ ਸ਼ਾਹ ਚੁੱਪ ਕਰਕੇ ਰੋਟੀ ਖਾ ਛੱਡਿਆ ਕਰੀ ਮੱਥੇ ਹੀ ਨਾ ਲੱਗੀ ਗੁਰੂ ਅਮਰਦਾਸ ਦੇ ਸਿੱਧੀ ਜੀ ਗੱਲ ਆ ਰੌਲਾ ਤਾਂ ਮੱਥੇ ਲੱਗਣ ਦਾ ਹੀ ਹੈ ਨਾ ਰੋਟੀ ਖਾਧੀ ਇੱਧਰ ਉੱਧਰ ਤੁਰ ਫਿਰ ਛੱਡਿਆ ਗੰਗੇ ਸ਼ਾਹ ਆ ਗਿਆ ਗੋਇੰਦਵਾਲ ਸਾਹਿਬ ਹੁਣ ਸ਼ਾਹ ਦਾ ਸ਼ਾਹ ਪੁਣਾ ਥੋੜ੍ਹਾ ਜਾਂਦਾ ਜਿਹਨੇ ਸਾਰੀ ਉਮਰ ਸ਼ਾਹ ਪੁਣਾ ਕੀਤਾ ਹੋਵੇ ਉਹ ਬੰਦਾ ਆਖਰੀ ਸਾਹਾਂ 'ਤੇ ਮੰਜੇ 'ਤੇ ਪਿਆ ਹੋਵੇ ਅਤੇ ਸ਼ਾਹ ਪੁਣਾ ਫਿਰ ਵੀ ਉਹਦੇ 'ਚ ਹੀ ਹੁੰਦਾ ਜਿਹਨੇ ਸਾਰੀ ਉਮਰ ਡਾਕਟਰੀ ਕੀਤੀ ਹੈ ਨਾ ਉਹ ਰਿਟਾਇਰ ਵੀ ਹੋ ਜਾਵੇ ਉਹਦੇ 'ਚੋਂ ਡਾਕਟਰੀ ਪੁਣਾ ਨਹੀਂ ਜਾਂਦਾ ਮਾਸਟਰ 'ਚੋਂ ਮਾਸਟਰ ਜਾਂ ਮਾਸਟਰ ਵਾਲਾ ਸੁਭਾਅ ਨਹੀਂ ਜਾਂਦਾ ਜਿਹਨੇ ਸਾਰੀ ਉਮਰ ਪੁਲਿਸਿਆਂ ਵਾਲੀ ਨੌਕਰੀ ਕੀਤੀ ਹੋਵੇ ਉਹ ਭਾਵੇਂ 80 ਸਾਲਾਂ ਦਾ ਹੋਵੇ ਸੁਭਾਅ ਨਹੀਂ ਤੁਸੀਂ ਬੰਦੇ ਦਾ ਬਦਲ ਸਕਦੇ ਜਿਹਨੇ ਸਾਰੀ ਉਮਰ ਜਿਹੜਾ ਕੰਮ ਕੀਤਾ ਹੋਵੇ ਉਹ ਬੰਦਾ ਆਪਣਾ ਹੁਨਰ ਨਹੀਂ ਛੱਡਦਾ ਹੁਣ ਇਹਨੇ ਕੀਤਾ ਸ਼ਾਹ ਆਪਣਾ ਚਿੱਟੀ ਤੁਰਲੇ ਵਾਲੀ ਪੱਗ ਸਾਰੀ ਉਮਰ ਬੰਨੀ ਚਿੱਟਾ ਸੂਟ ਪਾ ਛੱਡਿਆ ਅਤੇ ਗੁਰੂ ਮਹਾਰਾਜ ਦੇ ਦਰਬਾਰ 'ਚ ਵੀ 2 ਸੂਟ ਲੈ ਆਇਆ ਇੱਕ ਧੋਲਿਆ ਕਰੇ ਇੱਕ ਪਾ ਲਿਆ ਕਰੇ ਅੰਦਰੋਂ ਜਾਵੇ ਨਾ ਨਾ ਸ਼ਾਹ ਆਪਣਾ ਤਾਂ ਜਾਵੇ ਹੀ ਨਾ ਹੁਣ ਮਹੀਨਾ ਕੁ ਖਾਧੀ ਰੋਟੀ ਦੇ ਮਹੀਨੇ ਬਾਅਦ ਹੁਣ ਆਇਆ ਤੇ ਗੁਰੂ ਅਮਰਦਾਸ ਦੇ ਦਰਬਾਰ 'ਚ ਸੀ ਜਿਹੜਾ ਡਾਕਟਰਾਂ ਦਾ ਡਾਕਟਰ ਆ ਵੱਡਿਆਂ ਵੱਡਿਆਂ ਦੇ ਐਕਸਰੇ ਕਰਨੇ ਜਾਣਦਾ ਮਹੀਨੇ ਬਾਅਦ ਗੁਰੂ ਅਮਰਦਾਸ ਮਹਾਰਾਜ ਖੁਦ ਆਏ ਲੰਗਰ 'ਚ ਗੰਗੇ ਸ਼ਾਹ ਖਾਵੇ ਰੋਟੀ ਦੇ ਮਹਾਰਾਜ ਨੇ ਮੋਢੇ 'ਤੇ ਹੱਥ ਰੱਖਿਆ ਉਹਨੇ ਕਿਹਾ ਸ਼ਾਹ ਜੀ ਗੰਗੇ ਸ਼ਾਹ ਨੇ ਤਾਂ ਨੂੰ ਵੇਖਿਆ ਬੁਰਕੀ ਸੰਘ 'ਚ ਲੱਗਣ ਤੱਕ ਜਾਵੇ ਹੈ ਮੈਂ ਤਾਂ ਲੁਕ ਲੁਕ ਕੇ ਰਹਿੰਦਾ ਇਹਨੇ ਆਉਂਦਿਆਂ ਹੀ ਕਹਿ ਦਿੱਤਾ ਸ਼ਾਹ ਜੀ ਕਹਿੰਦਾ ਜੀ ਮਹਾਰਾਜ ਮਹਾਰਾਜ ਕਹਿੰਦੇ ਸ਼ਾਹ ਜੀ ਆਏ ਨਹੀਂ ਮਹੀਨਾ ਆ ਗਿਆ ਸਾਡੇ ਦਰਬਾਰਾਂ 'ਚ ਆਏ ਜੇ ਗੁਰੂ ਨਾਨਕ ਦੇ ਘਰ 'ਚ ਆਏ ਜੇ ਉਹ ਮਿਲ ਕੇ ਤਾਂ ਜਾਣਾ ਸੀ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ ਗੰਗੇ ਸ਼ਾਹ ਛੇਤੀ ਰੋਟੀ ਖਾ ਤੇਰਾ ਕੁਝ ਸੋਚੀਏ ਜਦੋਂ ਮਹਾਰਾਜ ਨੇ ਆਖਣਾ ਕੁਝ ਸੋਚੀਏ ਤੇ ਗੰਗੇ ਸ਼ਾਹ ਦੀਆਂ ਅੱਖਾਂ 'ਚ ਚਮਕ ਆ ਗਈ ਕਹਿੰਦਾ ਬਣ ਗਈ ਗੱਲ ਤੇ ਨਾਲ ਹੀ ਪ੍ਰਸ਼ਾਦਾ ਦਵਾ ਦਵ ਖਾਣਾ ਸ਼ੁਰੂ ਕਰ ਦਿੱਤਾ ਤੇ ਗੰਗੇ ਸ਼ਾਹ ਦਾ ਸਾਥ ਹੰਕਾਰ ਫੇਰ ਨਹੀਂ ਛੱਡਣ ਡਿਆ ਪੰਗਤ 'ਚ ਬੈਠਾ ਗੰਗੇ ਸ਼ਾਹ ਪਤਾ ਕੀ ਸੋਚੇ ਉਹ ਕਹਿੰਦਾ ਗੰਗਿਆ ਉਹ ਜਿਹੜੇ ਗੁਰੂ ਨੂੰ ਲੋਕੀ ਲੈਣਾ ਲਾ ਲਾ ਕੇ ਮਿਲਦੇ ਆ ਉਹ ਤੇਰੇ 'ਚ ਕੋਈ ਨਾ ਕੋਈ ਗੱਲ ਤਾਂ ਹੈਗੀ ਨਾ ਆਪੇ ਉੱਠ ਕੇ ਆਇਆ ਹੀ ਵੇਖ ਲਾ ਮਿਲਣ ਵਾਸਤੇ ਆਹ ਬਿਮਾਰੀ ਆ ਜਿਹੜੀ ਛੱਡਦੀ ਨਹੀਂ ਬੰਦੇ ਨੂੰ ਕਹਿੰਦਾ ਹੈ ਨਾ ਤੂੰ ਕਿਸੇ ਗਿਣਤੀ 'ਚ ਹੋਰ ਨਹੀਂ ਕਿਸੇ ਦੇ ਮੋਢੇ 'ਤੇ ਹੱਥ ਰੱਖ ਦਿੱਤਾ ਗੁਰੂ ਅਮਰਦਾਸ ਨੇ ਵੇਖ ਤੇਰੇ ਮੋਢੇ 'ਤੇ ਹੀ ਹੱਥ ਰੱਖਿਆ ਨਾਲੇ ਤੈਨੂੰ ਛਾ ਜੀ ਆਖਿਆ ਏ ਤਾਂ ਉੱਠ ਜਿਹੜਾ ਗੁਰੂ ਕਹਿੰਦਾ ਕੁਝ ਨਾ ਕੁਝ ਤੇਰਾ ਸੋਚ ਗਏ ਕੁਝ ਨਾ ਕੁਝ ਦਮੜੇ ਦੇਵੇ ਅਤੇ ਕਾਰੋਬਾਰ ਚਲਾ ਕੰਗਿਆ ਪਹਿਲੇ ਦਿਨ ਲਿਆ ਵਾਪਸ ਸ਼ਰੀਕਾਂ ਦਾ ਮੂੰਹ ਕਰਦੇ ਬੰਦ ਲਓ ਜੀ ਗੰਗੇ ਸ਼ਾਹ ਆ ਕੇ ਬਹਿ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਪਾਤਸ਼ਾਹ ਗੁਰਦੇਵ ਨੇ ਆਖਿਆ ਗੰਗੇ ਸ਼ਾਹ ਫਿਰ ਕਿੱਦਾਂ ਕਹਿੰਦਾ ਮਹਾਰਾਜ ਤੁਹਾਡਾ ਹੀ ਆ ਹੁਣ ਕੰਮ ਲੈਣਾ ਹੈ ਨਾ ਅੱਗੇ ਰੋਟੀ ਤੱਕ ਸੀਮਤ ਦੀ ਰੋਟੀ ਖਾ ਕੇ ਤੁਰ ਜਾਂਦਾ ਜਦੋਂ ਮਹਾਰਾਜ ਨੇ ਆਖਿਆ ਵੀ ਤੇਰਾ ਕੁਝ ਸੋਚ ਕੇ ਉਹਨੂੰ ਪਤਾ ਵੀ ਕੁਝ ਬਣ ਸਕਦਾ ਫਿਰ ਬੰਦੇ ਦਾ ਮੂੰਹ ਵੇਖੋ ਜਦੋਂ ਕੰਮ ਨਹੀਂ ਨਾ ਹੈਗਾ ਫਿਰ ਉਹਦਾ ਮੂੰਹ ਵੇਖੋ ਤਾਂ ਜਿੱਦਣ ਉਹਨੂੰ ਕੰਮ ਪੈ ਜਾਵੇ ਨਾ ਫਿਰ ਸੱਤ ਵਾਲ ਭੰਨ ਕੇ ਵੀ ਟੈਲੀਫੋਨ ਕਰਦਾ ਫਿਰ ਸੱਤ ਵਾਲ ਭੰਨ ਕੇ ਕਹਿੰਦਾ ਫਿਰ ਪਹਿਲਾਂ 2-4 ਮਿੱਠੀਆਂ ਗੱਲਾਂ ਕਰੂਗਾ ਫਿਰ ਕਹੂ ਵੀ ਆਹ ਕੰਮ ਆ ਭਾਈ ਤੇਰੇ ਨਾਲ ਅਗਲਾ ਐਡਾ ਕਾਕਾ ਤਾਂ ਨਹੀਂ ਹੁੰਦਾ ਉਹਦੀ ਆਵਾਜ਼ ਸੁਣਦਿਆਂ ਹੀ ਸਮਝ ਜਾਂਦਾ ਵੀ ਇਹ ਕੰਮ ਹੀ ਕਹੂਗਾ ਹੋਰ ਇਹਨੇ ਕਹਿਣਾ ਵੀ ਕੱਖ ਨਹੀਂ ਮੈਨੂੰ ਹੁਣ ਗੰਗੇ ਸ਼ਾਹ ਨੂੰ ਪੈ ਗਿਆ ਕੰਮ ਅਤੇ ਗੰਗੇ ਸ਼ਾਹ ਆਪੇ ਹੀ ਬੋਲ ਪਿਆ ਕਹਿੰਦਾ ਮਹਾਰਾਜ ਆਇਆ ਤੁਹਾਡੇ ਦਰਬਾਰ 'ਚ ਤੁਸੀਂ ਆਖਿਆ ਕੁਝ ਸੋਚੀਏ ਅਤੇ ਨਾਲੇ ਨਾ ਟੇਢੀ ਜੀ ਅੱਖ ਚੁੱਕ ਕੇ ਅਤੇ ਚੜਾਵੇ ਵੱਲ ਨੂੰ ਵੇਖੇ ਕਹਿੰਦਾ ਵਾਹਵਾ ਹੀ ਢੇਰ ਲੱਗਾ ਅੱਧ ਕਰ ਹੀ ਦੇਣ ਹੈ ਨੂੰ ਮੇਰੇ ਵਾਲੇ ਪਾਸੇ ਨੂੰ ਅਤੇ ਮੇਰਾ ਕੰਮ ਵਾਹਵਾ ਹੀ ਸਰਜੇ ਵੇਖੋ ਹਰ ਬੰਦਾ ਮੱਥਾ ਟੇਕਣ ਨਹੀਂ ਆਇਆ ਹਰ ਬੰਦਾ ਸੇਵਾ ਕਰਨ ਨਹੀਂ ਆਇਆ ਹਰ ਬੰਦਾ ਵੱਖਰੀ ਵੱਖਰੀ ਰੁਚੀ ਲਿਆ ਕੋਈ ਲੰਗਰ ਪਾਣੀ ਛਕਣ ਆਇਆ ਵਾ ਕੋਈ ਮੇਲਾ ਹੀ ਵੇਖਣ ਆਇਆ ਕੋਈ ਘੁੰਮਣ ਫਿਰਨ ਆਇਆ ਕੋਈ ਮਹਾਂਪੁਰਸ਼ਾਂ ਨੂੰ ਮਿਲਣ ਆਇਆ ਕੋਈ ਗੁਰੂ ਦੇ ਦਰਬਾਰ 'ਚ ਕਥਾ ਕੀਰਤਨ ਇਤਿਹਾਸ ਸੁਣਨ ਆਇਆ ਕਈ ਸਾਡੇ ਵਾਲੀ ਟੋਕਰੀ ਵੇਖਣ ਆਇਆ ਵੀ ਇਹਨਾਂ ਲੈ ਵੀ ਵਾਹਵਾ ਜਾਣੇ ਅਤੇ ਆਹ ਵੀ ਭਰ ਚੱਲੀ ਆ ਅਤੇ ਇਹਨਾਂ ਦਾ ਤਾਂ ਕੰਮ ਸੌਖਾ ਹੀ ਆ ਸੂਟ ਵੀ ਚਿੱਟਾ ਪੱਗਾਂ ਵੀ ਸਿੱਧੀਆਂ ਬੰਨ ਕੇ ਆਏ ਅਤੇ ਨਜ਼ਾਰੇ ਵਾਹਵਾ ਹੀ ਆ ਹਰ ਬੰਦਾ ਆਪੋ ਆਪਣੀ ਰੁਚੀ ਦੇ ਅਨੁਸਾਰ ਆਉਂਦਾ ਹੈ
कोई पैसा तो लाई वेखण आता भी हो आ कम चलन कितना दिया इन्हों का हुण गंगे शाह बैठा वेखे टीरी जी आखना भी अद मेरे वाली कर दें तो चंगी गल आने चर महाराज आपे ही बोल पे वह कहते लिया सेवादारा साडा झोला जदों महाराज ने झोला आख्या तो गंगे शाह चढ़ चा गया भी भर के ही देना जापदा गंगे शाह बैठा सामने सिख ने लिया के झोला गुरु अमरदास महाराज के हथा च रखिया ते गुरु अमरदास महाराज ने वह झोला खोलिया ते सतनाम श्री वाहिगुरु कह के गंगे शाह के हथा ते नानक दी हड्डी तो शाह बख्शिया तैनू दाता नानक दी हड्डी तो शाह बख्शिया तैनू दाता नानक दा ना ले दे नानक दा ना ले दे जाओ अपना कम चलावो जाओ अपना कम चलावो दिल्ली विच जाके अपना कारोबार बधाओ दिल्ली विच जाके जी अपना कारोबार बधाओ बचन जो संगत ने असी हुण मोड़ कदे ना सकदे जे ना बचन संगत कर दी जे ना बचन संगत कर दी तुसी लाहौर फेर तो वसदे जे ना बचन संगत कर दी तुसी लाहौर फेर तो वसदे धर आए हो चल के आए हो चल के सेवा करना धर्म बनावो सेवा करना धर्म बनावो दिल्ली विच जाके जी अपना कारोबार बधावो दिल्ली विच जाके जी अपना कारोबार बधावो ਕਹਿੰਦੇ ਚੰਗੇ
कर्म जो कर जाते मरना बाद भी जगते रहिंदे, चंगे कर्म जो कर जाते मरना बाद भी जगते रहिंदे। तारे आवे जो चल गए तारे आवे जो चल गए, सदा उन्हां नूं कंठ लगावो, सदा उन्हां नूं कंठ लगावो। दिल्ली विच जाके जी अपना कारोबार वधावो, दिल्ली विच जाके जी अपना कारोबार वधावो। याद कर उस मालक नूं जो है सब नूं रोजी देंदा, याद कर उस मालक नूं जो है सब नूं रोजी देंदा, जेड़ा उसनूं भुल जावे दाता सब वापस ले लेंदा, जेड़ा उसनूं भुल जावे दाता सब वापस ले लेंदा। सतगुर दी कृपा नाल, सतगुर दी कृपा नाल हारे दुखी दा दर्द मंडावो, हारे दुखी दा दर्द मंडावो। दिल्ली विच जाके अपना कारोबार बनाओ, दिल्ली विच जाके जी अपना कारोबार चलावो, अपना कारोबार चलावो, अपना कारोबार चलावो। एक बार सारी संगत शीश चुका के आखो सतनाम श्री वाहिगुरु जी। महाराज ने झोला फड़िया ते सतनाम वाहिगुरु कह के गंगे शाह वाल अगे करके आते, शाह जी संगत ने वचन किया भी इनू लाहौर नहीं वसन देना, तेनू अगे तो वड्डा शाह बनाउन लगे हैं, जे अगे 100 किला ही हुण 200 कर देंगे, जिन्ना कारोबार से डबल कर लगे हैं। पर यह गल है भी जाना दिल्ली पैना, कारोबार दिल्ली जाके चलाओ। संगत ना कहती तो अं तुम लाहौर वसा दोबारा। गंगे शाह ने आखा लियाओ फड़ाओ महाराज, उन्हें सोचा भी नोटा का भरिया भी कितने भी जाके मैं डंडा गड़ लिया, तो गंगे शाह ने सोचा भी काम चल ही जाना। जदों उन्हें झोला खोलिया झोले च 3 चीज़ां सी, एक वही खाता जिहड़ा शाहवां दे कोल हुंदा हिसाब किताब लिखण वाला, एक वही खाता, एक कलम लिखण वाली, तो एक दवात शाही वाली। 3 चीज़ां दे के महाराज ने आख्या लो गंगे शाह जी, ये गुरु नानक दे घर की सब तो वड्डी दौलत तुहानू दित्ती, तुसीं अगे नूं भी वड्डे शाह बनोगे। तो गंगे शाह ने नक जिहा चाढ़ के आख्या जे कढ़ना ही तो बहाना जिहा क्यों बनाया, उदां कह देना भी फिर वेले नूं रोटी नहीं दित्ती जांदी, अहे तेरा कुछ सोचदे हां इत्थे सद के आ कलम दवा, तो मैं कदे होर बाहरों लै लईदा, इहदे मैनूं कदे मिल जाणी, तुसीं कलम दवा तां सार दित्ता। यह मन च सोचदा गंगे शाह। गंगे शाह ने झोला मारिया मोढे ते, लंगर चों बाहर निकलिया, कहिंदा चल गंगे शाह इहदा मतलब गुरु अमरदास ने भी तैनूं सांभणा नहीं। फिर मन च सोचदा है साध बाबा है शायद चल ही जाए काम, तुरीए तो सही दिल्ली चले जाने। यह चला गया दिल्ली, दिल्ली शहर पहुँच के चार चफेरे वेख्या, ना अपना सज्जन, ना कोई बेली, ना कोई पुछण वाला, ना कोई गिछण वाला, ना किसी ने आवाज मारी। गंगे शाह ने चुकया गुरु अमरदास महाराज वाला झोला, तो सामने रुख वल वगा के मारिया, कहिंदा आ चुक अपनियां दातां। लंगर दे विचों कहता भी तेरा कुछ सोचते हैं, झोला मैनू फड़ा दिता, मैं सोचा नोटा का भर के दू, कागज कलम दे दिता मैनू। वह झोला जाके ते किली ना टंगिया गया, उत्थे गंगे शाह बह गया, 4 दिन रोटी मंग के खाली गुजारा कर लिया। 5वां दिन चढ़िया ते उस शहर दे विच एक पठान आया, पठान तुरिया फिरे शाहूकारां दे कोल, वो कहिंदा भाई मैं जाना लाहौर, मेरे कोल आ 10,000 रुपया ते मैनू हुड्डी बना दिओ। सियाने बैठे जे तुहानू शायद पता होना चाहिए हुड्डी की हुंदी आ, अज बैंकां च तुहाडे पैसे पए आ, इत्थे बैंक च पैसे जमा कराओ, जे तुहानू अमृतसर जाके लोड़ पवे ते बैंक चों कढ़ा सकदे हो। अज तुहाडियां जेबां च ATM आ, भावें 1,00,000 रुपया, भावें 2 लख, भावें 5 लख, इत्थों कलकत्ते चले जाओ ATM जाके चलाओ, वो पैसे तुहाडे तुहानू मिल जाणगे। पर जदों ATM नहीं सी हैगे, जदों बैंकां नहीं सी हैगियां,
ਉਦੋਂ ਚੱਲਦਾ ਸੀ ਹੁੱਡੀ ਸਿਸਟਮ। ਮੰਨ ਲਓ ਇੱਥੋਂ ਨਾਨਕਪੁਰੀ ਤੋਂ ਕਿਸੇ ਬੰਦੇ ਨੇ ਅੰਮ੍ਰਿਤਸਰ ਜਾਣਾ ਸੀ, ਉਹਦੇ ਕੋਲ ਆ ਰੁਪਈਆ 10,000, ਉਹਨੂੰ ਇਹ ਡਰ ਆ ਵੀ ਖੋਏ ਨਾ ਜਾਣ, ਕਤਲ ਨਾ ਹੋ ਜਾਵਾਂ, ਕਦੇ ਡਾਕੂ ਚੋਰ ਨਾ ਪੈ ਜਾਣ, ਅੰਮ੍ਰਿਤਸਰ ਵੀ ਚਲਾ ਜਾਵਾਂ ਅਤੇ ਪੈਸੇ ਉੱਥੇ ਮਿਲਣ। ਉਹਦਾ ਤਰੀਕਾ ਸੁਣਿਓ, ਜਿਹਨੂੰ ਹੁੱਡੀ ਕਹਿੰਦੇ ਆ, ਉਹ ਇੱਥੇ ਕਿਸੇ ਸ਼ਾਹੂਕਾਰ ਨੂੰ ਮਿਲੂਗਾ, ਉਹਨੇ ਆਖਣਾ ਮੈਂ ਜਾਣਾ ਜੀ ਅੰਮ੍ਰਿਤਸਰ, ਆਹ ਚੁੱਕ 10,000 ਰੁਪਈਆ ਮੈਨੂੰ ਹੁੱਡੀ ਬਣਾ ਦੇ। ਅਤੇ ਸ਼ਾਹੂਕਾਰ ਕੀ ਕਰਦਾ, ਇੱਕ ਕਾਗਜ਼ ਲੈਂਦਾ, ਉੱਤੇ ਲਿਖ ਦਿੰਦਾ ਉਹਦਾ ਨਾਂ ਜਿਹਦੇ ਪੈਸੇ ਆ, ਥੱਲੇ ਲਿਖ ਦਿੰਦਾ ਰਕਮ ਕਿੰਨੀ ਆ, ਉਹਦੇ ਥੱਲੇ ਲਿਖ ਦਿੰਦਾ ਆਪਣਾ ਨਾਂ, ਅਤੇ ਕਾਗਜ਼ ਦੇ ਦੂਜੇ ਬੰਨੇ ਇੱਥੋਂ ਵਾਲੇ ਸ਼ਾਹੂਕਾਰ ਦਾ, ਅੰਮ੍ਰਿਤਸਰ ਵਾਲੇ ਸ਼ਾਹੂਕਾਰ ਦੇ ਨਾਲ ਜਿੱਥੇ ਕਾਰੋਬਾਰ ਸਾਂਝਾ ਵਾ ਉਹਦਾ ਨਾਂ ਲਿਖ ਦੇਣਾ ਵੀ ਫਲਾਣੀ ਫਲਾਣੀ ਦੁਕਾਨ 'ਤੇ ਚੱਲ ਜੀ ਅੰਮ੍ਰਿਤਸਰ ਜਾ ਕੇ, ਉਹਨੂੰ ਜਾ ਕੇ ਮੇਰਾ ਕਾਗਜ਼ ਵਿਖਾ ਦੀ, ਅਤੇ ਉਹਨੇ ਕਾਗਜ਼ 'ਤੇ ਮੇਰੇ ਸੈਨ ਵੇਖ ਲੈਣੇ ਆ, ਅਤੇ ਜਿੰਨੀ ਕਾਟ ਕਰਨੀ ਹੋਊਗੀ 50-100 ਰੁਪਈਆ ਉਹ ਕਾਟ ਕਰ ਲੂਗਾ, ਬਾਕੀ 10,000 ਰੁਪਈਆ ਤੈਨੂੰ ਦੇ ਦੂਗਾ। ਇੱਦਾਂ ਪੈਸੇ ਇੱਕ ਤੋਂ ਦੂਜੀ ਥਾਂ 'ਤੇ ਚਲੇ ਜਾਂਦੇ ਸੀ। ਹੁਣ ਆ ਗਿਆ ਪਠਾਨ, ਪਠਾਨ ਆ ਕੇ 10,000 ਦੀ ਹੁੱਡੀ ਬਣਾ ਦਿਓ। ਸ਼ਾਹੂਕਾਰ ਸਾਰੇ ਆਖਣ ਵੀ ਏਡੀ ਵੱਡੀ ਰਕਮ 500 ਦੀ ਬਣਾ ਲਓ, 1,000, 2,000, 4,000 ਤੱਕ ਬਣਾ ਦਿੰਦੇ ਹਾਂ। ਹੁਣ 10,000 ਰੁਪਈਆ ਇੱਥੋਂ ਕਿਹੜਾ ਤੁਹਾਨੂੰ ਹੁੱਡੀ ਬਣਾ ਕੇ ਦੇਵੇ? ਅਗਲੇ ਬੰਨੇ ਭਾਰ ਝੱਲਣ ਵਾਲਾ ਵੀ ਤਾਂ ਸ਼ਾਹੂਕਾਰ ਚਾਹੀਦਾ ਹੈ ਨਾ। ਕਿਸੇ ਨੇ ਟਿੱਚਰ ਕਰਕੇ ਆਖਿਆ ਉਹ ਪਿੱਪਲ ਥੱਲੇ ਬੈਠਾ ਹੀ ਇੱਕ ਸ਼ਾਹੂਕਾਰ, ਕੀਤਾ ਤੇ ਮਖੌਲ, ਉਹ ਪਠਾਨ ਤੁਰਿਆ ਤੇ ਪਿੱਪਲ ਥੱਲੇ ਗੰਗੇ ਸ਼ਾਹ ਕੋ ਆ ਗਿਆ। ਗੰਗੇ ਸ਼ਾਹ ਲੰਮੇ ਪਿਆ ਮੱਥੇ ਤੇ ਖੁਰਕੇ, ਪਠਾਨ ਨੇ ਆਵਾਜ਼ ਮਾਰੀ ਆ ਗਏ 10,000 ਦੀ ਹੁੱਡੀ ਬਣਾਏਗਾ? ਗੰਗੇ ਸ਼ਾਹ ਉੱਠ ਕੇ ਬਹਿ ਗਿਆ, ਕਹਿੰਦਾ ਜੀ ਮੈਨੂੰ ਆਖਿਆ? ਕਹਿੰਦਾ ਤੇਰੇ ਲਾਗੇ ਹੈ ਤੇ ਕੋਈ ਨਹੀਂ, ਇਹਦਾ ਮਤਲਬ ਫਿਰ ਤੈਨੂੰ ਹੀ ਆਖਿਆ ਹੋਊਗਾ, 10,000 ਦੀ ਹੁੱਡੀ ਬਣਾਏਗਾ। ਗੰਗੇ ਸ਼ਾਹ ਮਨ ਹੀ ਮਨ ਸੋਚਿਆ ਗੰਗਿਆ ਟਿੱਚਰ ਕੀਤੀ ਉਹ ਕਿਸੇ ਨੇ, ਦੁੱਕਾ ਤੇਰੇ ਕੋਲ ਨਹੀਂ, ਜ਼ਹਿਰ ਖਾਣ ਨੂੰ ਪੈਸੇ ਨਹੀਂ ਤੇਰੇ ਕੋਲ, ਰੋਟੀ ਤੇਰੀ ਨਹੀਂ ਪੱਕਣ ਡਈ, ਮੰਦੀ ਤੇਰੀ ਹਾਲਤ ਆ, ਇਹ 10,000 ਦੀ ਹੁੱਡੀ ਚੁੱਕੀ ਫਿਰਦਾ। ਬਾਣੀਆਂ ਸੀ ਸਕੀਮ ਲਾ ਗਿਆ, ਮਨ 'ਚ ਸੋਚਦਾ ਗੰਗਿਆ ਇਹ 10,000 ਦੀ ਹੁੱਡੀ ਬਣਾਉਣੀ ਚਾਹੁੰਦਾ ਨਾ, ਇਹਦੇ ਕੋਲ ਲੈ ਲਾ 10,000 ਰੁਪਈਆ ਨਗਦ, ਇਹਨੂੰ ਹੁੱਡੀ ਬਣਾ ਦੇ, ਲਾਹੌਰ ਦੀ ਲਾਹੌਰ ਹੀ ਇਹਨੇ ਜਾਣਾ। ਅਤੇ ਐਵੇਂ ਕਿਸੇ ਨਕਲੀ ਜੇ ਸ਼ਾਹੂਕਾਰ ਦਾ ਨਾਂ ਲਿਖ ਦੇ ਜਿਹੜਾ ਲੱਭੇ ਹੀ ਨਾ ਇਹਨੂੰ ਉੱਥੇ ਜਾ ਕੇ, ਇਹਨੂੰ 20 ਦਿਨ ਜਾਂਦਿਆਂ ਲੱਗਣੇ ਆ, 20 ਦਿਨ ਇਹਨੂੰ ਖੱਜਲ ਖਵਾਰ ਹੋਣ ਦੇ ਲੱਗਣੇ ਆ, 20 ਦਿਨ ਇਹਨੂੰ ਆਉਂਦਿਆਂ ਲੱਗਣੇ ਆ, ਦਿਨ ਲੱਗੇ 60, ਅਤੇ 60 ਦਿਨਾਂ 'ਚ 10,000 ਦੇ ਨਾਲ ਤੂੰ ਤਾਂ ਕੋਈ ਨਾ ਕੋਈ ਬੱਚੂ ਕਾਰੋਬਾਰ ਖੜਾ ਕਰ ਲੈਣਾ ਵਾ। ਇਹ ਆ ਕੇ ਰੌਲਾ ਪਾਊਗਾ, 500-700 ਵਿਆਜ ਲਾ ਕੇ ਤੇ 10,000 ਇਹਦੇ ਮੱਥੇ ਮਾਰੀ, ਇਹਦਾ ਵੀ ਲੱਥ ਜੂ, ਤੇਰੀ ਰੋਟੀ ਪੱਕਣ ਲੱਗ ਪੈਣੀ ਆ। ਗੰਗੇ ਸ਼ਾਹ ਕਹਿੰਦਾ ਲਿਆ ਬਣਾ ਦਿੰਦੇ ਹਾਂ। ਗੰਗੇ ਸ਼ਾਹ ਨੇ 10,000 ਰੁਪਈਆ ਫੜ ਲਿਆ, ਅਤੇ ਹੁੱਡੀ ਬਣਾਉਣੀ ਕਾਹਦੇ 'ਤੇ ਆ? ਉਹਦੇ ਲਈ ਕਾਗਜ਼ ਚਾਹੀਦਾ ਹੈ, ਕਲਮ ਚਾਹੀਦੀ ਏ, ਦਵਾਤ ਚਾਹੀਦੀ ਏ। ਧਿਆਨ ਪਿਆ ਗੁਰੂ ਅਮਰਦਾਸ ਦੇ ਝੋਲੇ ਵੱਲ, ਉਹ ਬਾਬੇ ਅਮਰਦਾਸ ਨੇ ਝੋਲਾ ਜਿਹਾ ਦਿੱਤਾ ਸੀ, ਉਹਦੇ 'ਚ ਕੁਝ ਨਾ ਕੁਝ ਹੋਣਾ ਹੀ, ਇਹਨੇ ਝੋਲਾ ਖੋਲਿਆ ਦੇ ਵਿੱਚੋਂ ਵਹੀ ਖਾਤਾ। ਦੇਖੋ ਗੁਰੂ ਦੀਆਂ ਬਰਕਤਾਂ, ਇਹਨੇ ਵਹੀ ਖਾਤਾ ਖੋਲਿਆ, ਵਿੱਚੋਂ ਕਾਗਜ਼ ਪਾੜਿਆ, ਹੁਣ ਵਹੀ ਖਾਤਾ ਵੀ ਗੁਰੂ ਅਮਰਦਾਸ ਦਾ, ਕਾਗਜ਼ ਗੁਰੂ ਅਮਰਦਾਸ ਦਾ, ਕਲਮ ਗੁਰੂ ਅਮਰਦਾਸ ਦੀ, ਸਿਆਹੀ ਗੁਰੂ ਅਮਰਦਾਸ ਦੀ, ਅਤੇ ਉਤਲੇ ਬੰਨੇ ਉਹਦਾ ਨਾਂ ਲਿਖਤਾ ਪਠਾਨ ਦਾ, ਥੱਲੇ ਆਪਣਾ ਲਿਖਤਾ ਗੰਗੇ ਸ਼ਾਹ, ਰੁਪਈਆ ਲਿਖਤਾ 10,000, ਹੁਣ ਕਾਗਜ਼ ਦੇ ਦੂਜੇ ਬੰਨੇ ਲਿਖਣਾ ਸੀ ਉਹਦਾ ਨਾਂ ਜਿਹਦੇ ਕੋਲ ਇਹਨੂੰ ਘੱਲਣਾ, ਅਤੇ ਉਹ ਲਿਖਣਾ ਵਾ ਐਵੇਂ ਹੀ ਕਿਸੇ ਦਾ ਨਾਂ ਜਿਹੜਾ ਹੋਵੇ ਹੀ ਨਾ। ਮਨ ਹੀ ਮਨ ਸੋਚਦਾ ਵੀ ਇਹਨੂੰ ਕਿਹਦੇ ਕੋਲ ਘੱਲਾਂ ਵੀ ਬੰਦਾ ਹੀ ਨਾ ਲੱਭੇ। ਕਹਿਣ ਲੱਗਾ ਬਾਬੇ ਅਮਰਦਾਸ ਦਾ ਹੀ ਲਿਖਦੇ ਨਾ, ਉੱਥੇ ਅਮਰਦਾਸ ਸ਼ਾਹੂਕਾਰ ਲੱਭਣਾ। ਅਗਲੇ ਬੰਨੇ ਲਿਖਦਾ ਅਮਰਦਾਸ ਸ਼ਾਹੂਕਾਰ, ਨਾਂ ਲਿਖਦਾ ਗੁਰੂ ਅਮਰਦਾਸ ਦਾ, ਕਹਿੰਦਾ ਚਲਾ ਜਾ। ਸ਼ਾਹ ਦੇ ਮਾਰੇ ਛਾਲਾਂ ਵੀ ਮੇਰਾ ਕੰਮ ਤੁਰ ਪਿਆ। ਇੱਧਰ ਜਾਣੀ ਜਾਣ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਸਿੱਖੋ ਲਾਹੌਰ ਚੱਲੀਏ। ਸਿੱਖ ਕਹਿੰਦੇ ਕੀ ਕਰਨਾ? ਮਹਾਰਾਜ ਕਹਿੰਦੇ ਸ਼ਾਹੂਕਾਰਾ ਕਰਨਾ ਜਾ ਕੇ। ਪਠਾਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਨੇ ਲਾਹੌਰ ਆ ਕੇ ਦੁਕਾਨ ਪਾ ਲਈ, ਉੱਥੇ ਲਿਖ ਦਿੱਤਾ ਅਮਰਦਾਸ ਸ਼ਾਹੂਕਾਰ। ਉਹਨੇ ਜਰੂ ਪਠਾਨ ਆ ਗਿਆ, ਪਠਾਨ ਲੱਭੇ, ਉਹ ਇੱਥੇ ਭਾਈ ਗੁਰੂ ਅਮਰਦਾਸ, ਅਮਰਦਾਸ ਨਾਂ ਦਾ ਸ਼ਾਹੂਕਾਰ ਹੈਗਾ। ਉਹ ਕਿਸੇ ਨੇ ਆਖਿਆ ਫਲਾਣੇ ਮੋੜ 'ਤੇ ਚਲਾ ਜਾ, ਉੱਥੇ ਨਵਾਂ ਨਵਾਂ ਕੋਈ ਅਮਰਦਾਸ ਸ਼ਾਹੂਕਾਰ ਆਇਆ ਹੈ। ਪਠਾਨ ਆ ਗਿਆ, ਪਰਚੀ ਗੁਰੂ ਅਮਰਦਾਸ ਨੂੰ ਦੇ ਦਿੱਤੀ, ਅਤੇ ਗੁਰੂ ਅਮਰਦਾਸ ਨੇ 10,000 ਰੁਪਈਆ ਕੋਲੋਂ ਦੇ ਕੇ ਉਹਦੀ ਹੁੱਡੀ ਤੋੜ ਦਿੱਤੀ। ਮਹੀਨਾ ਲੰਘ ਗਿਆ, 2 ਮਹੀਨੇ ਲੰਘੇ, 6 ਮਹੀਨੇ ਲੰਘੇ, ਪਠਾਨ ਮੁੜੇ ਹੀ ਨਾ। ਹੁਣ ਪਠਾਨ ਨੇ ਮੁੜਨਾ ਥੋੜ੍ਹਾ ਸੀ, ਪਠਾਨ ਨੂੰ ਤਾਂ ਰਕਮ ਮਿਲ ਗਈ,
इधर गंगे शाह नचे कहिंदा गंगिया शाह तेरिया ते पौं बारा रुपया दस हजार वजा नगदो नगदी पठान भी नहीं मुड़िया पता नहीं मर खप गया जापदा ते जा उस पैसे दे के भुल गया लै भी तेरा कारोबार चल गया छियाक महीनिया च गंगे शाह गंगे छा हुई अगे तो वड्डी कोठी अगे तो ज्यादा नौकर छियाक महीनिया च गंगे शाह ने अद्धी दिल्ली करजई कर दिती फड़ के हुण गंगे शाह रथ च ब्याह करे कदे इधर जावे कदे इधर जावे गंगे शाह आखे मेरे वर्गा है कोई नहीं। इधर गुरु अमरदास महाराज बैठे गोइंदवाल साहब एक गरीब सिख आया दिल्लियों कहिंदा महाराज बेनती आ भी मेरी आ कन्या दा व्याह ते जे थोड़ी बहुती मदद कर दियो ते महाराज काम चल जावे। महाराज कहिंदे आया कित्थों कहिंदा दिल्लियों पातशाह कहिंदे भी दिल्ली ना एक बंदा रहिंदा है गंगे शाह हुण महाराज दी लीला वेखो बंदा रहिंदा है गंगे शाह उहदे नाल साडा कारोबार सांझा ही कारोबार सांझा कहदा कारोबार तो है ही गुरु अमरदास का कागज कलम दवात गुरु अमरदास की दस हजार की हुड्डी गुरु अमरदास की गंगे शाह है कख नहीं। महाराज कह लगे भी जा उ चला जा उ ना साडा एक बंदे दे नाल कारोबार उस बंदे को रुपया लेना है अही दस हजार लेना ही ना महाराज ने क्योंकि महाराज ने हुड्डी तोड़ी वो महाराज कहते भी वो को लेना रुपया दस हजार ते तेनू हुड्डी बना देने हुड्डी बनाने वास्ते कागज ओहो ही कढ़िया जिहड़ा कदी गंगे शाह ने बना के घल्या ही अमरदास शाहूकार नकली कागज भी पछाणू ते सही भी ये ते ओहो ही कागज आ उहदे दूजे बन्ने महाराज ने अपना नाम लिख दिता रुपया दस हज़ार लिख दिता हुण गरीब सिख आ गया दिल्ली वह रोज़ पुछे गंगे शाह नू मिलना गंगे शाह दीआं अखां हुण इत्थे नहीं इत्थे लग जांदीआं लोड़ तों ज़्यादा हंकार बंदे दीआं अखां मत्थे दे उत्ते लै जांदा गंगे शाह नंगे ऐनू तुर जे गंगे शाह नंगे ऐनू तुर जे गंगे शाह टकरे ही ना सिख नू चढ़िया गुस्सा अज चौथा दिन सी गंगे शाह दे अगले बन्ने रथ दे कोल आके खलो गया वह कहिंदा गंगे शाह रुक गंगे शाह खलो गया कहिंदा की गल आ कहिंदा चार दिन हो गए तेरा मूँह वेखदा अज मिलदा कल मिलदा कल मिलदा अज मिलदा तू तो मिलदा ही नहीं कहिंदा काम की आ कहिंदा काम कहदा तेरे को लैना रुपया दस हज़ार धारा कहिंदा वह कि वेले का कहिंदा तेरे को गुरु अमरदास का कारोबार तेरे नाल सांझा नहीं आ कहिंदा केड़ा कारोबार हुण गंगे जी नूं चेता ही नहीं कुछ केड़ा कारोबार केड़ा गुरु अमरदास मैं तो जानता ही नहीं किसी नूं गंगे शाह ने कागज कढ के विखाया भी आवे गुरु अमरदास ने तेरा नाम लिखिया भी रुपया दस हज़ार नगद उहदे कोलों लैणा वा वह कहिंदा बल्ले वह लंगर चो तो झोला दे के तोरिया ही गुरु अमरदास ने वह भी कागजा का भर के अज मैं चातरी ना शाहूकार बन गया पिंड वसया नहीं तो मंगन आए आ भी गए आ कि गुरु अमरदास उन्हें कागज अद विचों पाड़ के ना गरीब सिख के मूँह के उत्ते मार दिता गंगे शाह की किस्मत माड़ी गंगे शाह ने कागज का दूजा बन्ना वेख्या ही ना भी ये कागज ही ओह जड़ा मैं कभी लिख के घल्या गंगे शाह आवाज़ मार के कहिंदा मैं नहीं गुरु अमरदास नूं मन्नदा चार दिन रोटी तो उहदे कोल खवाई ना गई कुड़मा दे बूहे ते जाके बाबा बन इहो गल उहने चबारे च खलो के कही सी ते अज गल रात ते खलो के कहिंदा सी कहिंदा कुड़मा दे बूहे ते बैठा बाबा बन के बह गया मैं अपनी चादरी नाल शाहूकार बन गया ते बंदे भी घल दिते भी दस हज़ार रुपया चुक लियाओ कोई दस हज़ार नहीं हैगा कोई मेरा कारोबार नहीं सांझा ते गरीब किरती सिख ने आवाज मार के आखा गंगे शाह पैसे देने दे नहीं देने ना दे पर गुरु अमरदास महाराज की शान के खिलाफ एक लफ्ज नहीं सुनना कहिंदा कर की लवेगा सिख ने मुंह ते हाथ फेर के आख्या गंगे शाह तेरा रवे कर गुजारी है
ਸਾਰੀ ਏ ਹੋ ਮਾਇਆ ਖੁਸ ਜਾਉ ਸਾਰੀ ਏ ਗੰਗੇਸ਼ਾ ਫੇਰ ਕਹਿੰਦਾ ਜਾ ਦੱਸਦੇ ਜਾ ਕੇ ਜਿਹੜੇ ਗੁਰੂ ਅਮਰਦਾਸ ਨੂੰ ਦੱਸਣਾ। ਲਓ ਜੀ ਗਰੀਬ ਸਿੱਖ ਗੋਇੰਦਵਾਲ ਆ ਗਿਆ। ਮਹਾਰਾਜ ਕਹਿੰਦੇ ਕਿੱਦਾਂ ਲੜਕੀ ਦਾ ਕਾਰਜ ਹੋ ਗਿਆ, ਮਾਇਆ ਮਿਲ ਗਈ ਸੀ। ਕਹਿੰਦਾ ਮਹਾਰਾਜ ਕਾਰਜ ਬਾਅਦ 'ਚ ਕਰਾਂਗੇ, ਪਹਿਲਾਂ ਤਾਂ ਗੱਲ ਇਹ ਆ ਵੀ ਕਿਸੇ ਨਿਕੰਮੇ ਬੰਦੇ ਦੇ ਨਾਲ ਕਾਰੋਬਾਰ ਸਾਂਝਾ ਕਰਨਾ ਨਹੀਂ ਚਾਹੀਦਾ। ਮਹਾਰਾਜ ਤੁਸੀਂ ਕਿਹੋ ਜਿਹੇ ਬੰਦੇ ਨਾਲ ਕਾਰੋਬਾਰ ਸਾਂਝਾ ਕੀਤਾ? 10,000 ਤੁਹਾਡਾ ਹਿੱਸਾ ਕਾਰੋਬਾਰ 'ਚ, ਉਹ ਉੱਥੇ ਬਾਦਸ਼ਾਹ ਬਣਿਆ ਫਿਰਦਾ, ਛਾਹ ਬਣਿਆ ਫਿਰਦਾ, ਉਹਨੇ ਤਾਂ ਤੁਹਾਡਾ ਕਾਗਜ਼ ਚੁੱਕਿਆ ਮੇਰੇ ਮੂੰਹ 'ਤੇ ਮਾਰਿਆ ਪਾੜ ਕੇ। ਕਹਿੰਦਾ ਮੈਂ ਜਾਣਦਾ ਹੀ ਨਹੀਂ ਕਿਸੇ ਗੁਰੂ ਅਮਰਦਾਸ ਨੂੰ। ਮਹਾਰਾਜ ਕਹਿੰਦੇ ਫੇਰ, ਕਹਿੰਦਾ ਮਹਾਰਾਜ ਇੱਕ ਗੱਲ ਆ, ਸਭ ਕੁਝ ਸਹੀ ਆ, ਕਾਰੋਬਾਰ 'ਚੋਂ ਹਿੱਸਾ ਕੱਢ ਲਓ। ਮਹਾਰਾਜ ਕਹਿੰਦੇ ਨਾ ਕੱਢੀਏ। ਮਹਾਰਾਜ ਨੂੰ ਪਤਾ ਸੀ ਜੇ ਹਿੱਸਾ ਕੱਢ ਲਿਆ ਤਾਂ ਹੈ ਹੀ ਸਾਡਾ, ਉਹਦਾ ਤਾਂ ਹੈ ਹੀ ਕੱਖ ਨਹੀਂ। 10,000 ਸਾਡਾ, ਉਹਦੇ ਤੋਂ ਕਾਰੋਬਾਰ ਚੱਲਿਆ, ਕਲਮ ਸਾਡੀ, ਕਾਗਜ਼ ਸਾਡਾ, ਦੁਆਦ ਸਾਡੇ, ਹੁੱਡੀ ਸਾਡੀ ਤੋੜੀ ਹੋਈ। ਕਹਿੰਦਾ ਨਹੀਂ ਮਹਾਰਾਜ, ਮੁੜਕੇ ਦੀ ਮੁੜਕੇ ਵੇਖੀ ਜਾਊ, ਮੇਰੀ ਇੱਕੋ ਬੇਨਤੀ ਆ, ਇੱਕ ਵਾਰੀ ਹਿੱਸਾ ਕੱਢ ਲਓ, ਬਾਅਦ 'ਚ ਵੇਖਦੇ ਗੰਗੇ ਛਾ ਕੀ ਕਰਦਾ। ਮਹਾਰਾਜ ਕਹਿੰਦੇ ਚੱਲ ਅਸੀਂ ਆਪਣਾ ਹਿੱਸਾ ਕੱਢਦੇ ਆ। ਇੱਧਰੋਂ ਦਾਤੇ ਨੇ ਆਪਣਾ ਹਿੱਸਾ ਕੱਢਿਆ। ਮਹੀਨੇ ਦੇ ਵਿੱਚ ਵਿੱਚ ਗੰਗੇ ਸ਼ਾ ਦੁਬਾਰਾ ਉਸੇ ਹੀ ਪਿੱਪਲ ਥੱਲੇ ਝੋਲਾ ਲੈ ਕੇ ਫਿਰ ਬੈਠਾ ਸੀ। ਐਤਕੀ ਫਿਰ ਮਹਾਰਾਜ ਦੇ ਕੋਲ ਹੀ ਆ ਗਿਆ। ਮਹਾਰਾਜ ਨੇ ਪਛਾਣ ਲਿਆ, ਤੈਨੂੰ ਤਾਂ ਛਾਹ ਬਣਾਇਆ ਸੀ,
ਮੂੰਹ ਠਾਂ ਕਰ ਲਿਆ। ਮਹਾਰਾਜ ਕਹਿੰਦੇ ਚੱਲ ਬਹਿ ਇੱਥੇ, ਤੇਰਾ ਕੁਝ ਸੋਚੀਏ, ਤੈਨੂੰ ਵੱਡਾ ਸ਼ਾਹੂਕਾਰ ਬਣਾਉਣੇ ਦੇ। ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਦਾਤਾ ਜਿੱਥੇ ਮਰਜ਼ੀ ਬੰਦਾ ਚਲੇ ਜਾਵੇ, ਜੇ ਕਰਤੂਤਾਂ ਨਹੀਂ ਸਹੀ ਤਾਂ ਉਹਦੇ ਪੱਲੇ ਵੀ ਕੱਖ ਨਹੀਂ। ਤੂੰ ਮੈਨੂੰ ਸ਼ਾਹੂਕਾਰਾਂ ਦਾ ਸ਼ਾਹੂਕਾਰ ਬਣਾਇਆ, ਪਰ ਕਰਤੂਤਾਂ ਮੇਰੀਆਂ ਭੁੱਖਿਆਂ ਨੰਗਿਆਂ ਵਾਲੀਆਂ ਹੀ ਆ। ਮਹਾਰਾਜ ਕਹਿੰਦੇ ਫਿਰ ਕੀ ਚਾਹੀਦਾ? ਕਹਿੰਦਾ ਸਬਰ ਦੇ ਦੇ, ਸਿਦਕ ਦੇ ਦੇ, ਸੰਤੋਖ ਦੇ ਦੇ, ਇਹਦੇ ਤੋਂ ਵੱਡਾ ਸ਼ਾਹੂਕਾਰ ਪਾਉਣਾ ਕੋਈ ਨਹੀਂ। ਮਹਾਰਾਜ ਨੇ ਮੋਢੇ 'ਤੇ ਹੱਥ ਰੱਖਿਆ, ਹੁਣ ਗੰਗਿਆ ਜ਼ਿੰਦਗੀ ਸੁਧਰੂਗੀ। ਗੰਗੇ ਸ਼ਾਹ ਫਿਰ ਸ਼ਾਹੂਕਾਰ ਬਣਾਇਆ ਮਹਾਰਾਜ ਨੇ, ਉਹਦਾ ਪਰਿਵਾਰ ਅੱਜ ਵੀ ਦਿੱਲੀ 'ਚ ਵੱਸਦਾ। ਇਹ ਆ ਬਾਤਾਂ ਹੰਕਾਰ ਦੀਆਂ। ਹੰਕਾਰ ਸੰਗਤ 'ਚ ਬੈਠਿਆਂ ਵੀ ਬੰਦੇ ਦੀ ਮੱਤ ਕਿੱਦਾਂ ਮਾਰਦਾ। ਗੁਰੂ ਦੀ ਰਹਿਮਤ ਦਾ ਮੀਂਹ ਪਈ ਜਾਂਦਾ, ਪਰ ਕਈ ਵਾਰੀ ਬੰਦਾ ਹੀ ਖਾਲੀ ਘਰ ਨੂੰ ਚਲਾ ਜਾਂਦਾ, ਕਿਉਂਕਿ ਹੰਕਾਰ ਨਹੀਂ ਉਹਦੇ ਕੋਲੋਂ ਛੱਡਿਆ ਜਾਂਦਾ। ਅਤੇ ਹੰਕਾਰ ਨਹੀਂ ਛੱਡਿਆ ਅਤੇ ਖਾਲੀ ਝੋਲੀ ਲੈ ਕੇ ਚਲਾ ਗਿਆ। ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ, ਸਾਰੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਪ ਜੀ ਨੂੰ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਣ। ਸਮੇਂ ਦੀ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ। ਸਤਿਕਾਰਯੋਗ ਬਾਬਾ ਬਚਨ ਸਿੰਘ ਜੀ, ਮਹਾਂਪੁਰਸ਼ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ਬਹਿ ਕੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ, ਮਾਇਆ ਦੇ ਕੇ ਵੀ ਨਵਾਜਿਆ ਬਹੁਤ ਸਾਰੀ। ਮਹਾਂਪੁਰਸ਼ਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦਾ ਹਾਂ। ਬਾਬਾ ਗੁਰਜੰਟ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਹਰਦੀਪ ਸਿੰਘ ਜੀ, ਗੁਰੂ ਘਰ ਦੇ ਵਜ਼ੀਰ, ਕਥਾਵਾਚਕ ਸਹਿਬਾਨ ਅਤੇ ਦਿਲੀ ਸਨੇਹ, ਹਰ ਜਥੇ ਨਾਲ ਦਿਲੋਂ ਪਿਆਰ ਕਰਨ ਵਾਲੇ, ਬਹੁਤ ਸਾਰਾ ਮਾਣ ਸਨਮਾਨ ਵੀ ਦਿੰਦੇ ਨੇ, ਆਦਰ ਵੀ ਸਨਮਾਨ ਵੀ ਦਿਲੋਂ ਦਿਆ ਕਰਦੇ ਨੇ। ਗੁਰੂ ਕਿਰਪਾ ਕਰੇ। ਬਹੁਤ ਹੀ ਸਤਿਕਾਰਯੋਗ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਤੁਹਾਡੇ ਇਲਾਕੇ ਦੇ ਨੇ, ਮਾਣ ਨੇ, ਅਤੇ ਇਲਾਕੇ ਦੇ ਬੰਦੇ ਦਾ ਮਾਣ ਕਰਨਾ ਸਾਡਾ ਪਹਿਲ ਦੇ ਆਧਾਰ 'ਤੇ ਫਰਜ਼ ਬਣਦਾ। ਸੁਣੋ ਵੀ, ਮਾਇਆ ਦੇ ਗੱਫੇ ਵੀ ਖੁੱਲ੍ਹੇ ਦਿਆ ਕਰੋ ਜਿਹੜੇ ਤੁਹਾਡੇ ਲੋਕਲ ਜਥੇ ਹੋਣ, ਕਿਉਂਕਿ ਖੁਸ਼ੀਆਂ ਤੁਹਾਡੀਆਂ ਲੈਂਦੇ ਨੇ। ਅਸੀਂ ਆਉਂਦੇ ਹਾਂ ਮਹੀਨੇ ਬਾਅਦ, ਆ ਦੋ ਹੀ ਮਹੀਨੇ ਆ ਗਏ, ਛੇ ਮਹੀਨੇ ਆ ਗਏ, ਪਰ ਜਿਹੜਾ ਘਰ ਨੇਤਰ ਰਹੇ ਉਹਨੂੰ ਰੋਟੀ ਪਾਣੀ ਰੋਜ਼ ਪੁੱਛਣਾ ਚਾਹੀਦਾ, ਉਹਦੇ ਕੋਲ ਬਹਿਣਾ ਚਾਹੀਦਾ, ਉਹਦੇ ਨਾਲ ਗੱਲਾਂ ਜ਼ਿਆਦੀਆਂ ਸਾਂਝੀਆਂ ਹੋਣੀਆਂ ਚਾਹੀਦੀਆਂ। ਮਾਣ ਕਰਿਆ ਕਰੋ ਇਹਨਾਂ ਜਥਿਆਂ ਦਾ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਸਟੇਜ ਦੇ ਬਿਲਕੁਲ ਨੇੜੇ ਦੋ ਬੱਚੀਆਂ ਬੈਠੀਆਂ, ਅਵਲ ਤਾਂ ਗੱਲ ਉਹਨਾਂ ਨੇ ਕਹਿਣੀ ਸੀ ਆ ਕੇ ਵੀ ਸਾਡੀਆਂ ਬੱਚੀਆਂ ਗਵਾਚ ਗਈਆਂ। ਉਹ ਬੱਚੀਆਂ ਕਹਿੰਦੀਆਂ ਸਾਡੀ ਮੰਮੀ ਗਵਾਚ ਗਈ ਆ। ਰਾਜ ਕੌਰ ਉਹਦਾ ਨਾਮ ਆ ਭਾਈ। ਜਿੱਥੇ ਵੀ ਮੰਮੀ ਗਵਾਚੀ ਆ, ਲਾਗੇ ਬੰਨੇ ਕਿਤੇ ਆਵਾਜ਼ ਸੁਣਦੀ ਹੋਵੇ, ਉਹ ਬੱਚੀਆਂ ਸਟੇਜ ਦੇ ਕੋਲ ਆ। ਕੋਈ ਗੱਲ ਨਹੀਂ, ਇੱਥੇ ਹੀ ਸੰਗਤ ਤੋਂ ਕਿਸੇ ਨੇ ਕਿਤੇ ਚਲੇ ਨਹੀਂ ਜਾਣਾ। ਸੋ ਆਵਾਜ਼ ਜਿੱਥੋਂ ਤੱਕ ਜਾਂਦੀ ਆ, ਦੋ ਬੱਚੀਆਂ ਸਟੇਜ ਕੋਲ ਬੈਠੀਆਂ ਨੇ, ਕਿਉਂਕਿ ਬੱਚਾ ਬੱਚਾ ਹੀ ਆ, ਉਹਦੇ ਵਾਸਤੇ ਮੇਲਾ ਜਿੱਡਾ ਵਧੀ ਮਰਜ਼ੀ ਵਧੀਆ ਹੋਵੇ, ਜੇ ਮਾਂ ਪਿਓ ਨਹੀਂ ਕੋਲ ਹੈਗਾ ਉਹਨੂੰ ਮੇਲਾ ਨਹੀਂ ਚੰਗਾ ਲੱਗਦਾ। ਸੋ ਬੇਨਤੀ ਆ ਭਾਈ, ਉਹ ਬੱਚੀਆਂ ਸਟੇਜ ਦੇ ਕੋਲ ਬੈਠੀਆਂ ਨੇ, ਉਹਨਾਂ ਦੇ ਪਰਿਵਾਰ ਵਾਲੇ ਆ ਕੇ ਉਹਨਾਂ ਨੂੰ ਮਿਲ ਲੈਣ। ਬਹੁਤ ਬਹੁਤ ਧੰਨਵਾਦ ਮੱਖਣ ਸਾਊਂਡ ਦਾ ਅਤੇ ਅੰਮ੍ਰਿਤ ਗੁਰਬਾਣੀ ਚੈਨਲ ਸ਼ਿਖਰ ਗੁੰਬਰ, ਬੜੇ ਸਤਿਕਾਰਯੋਗ ਵੀਰ ਨੇ, ਅਤੇ ਵੀਰ ਗੋਲਡੀ, ਵਧੀਆ ਕੈਮਰਾਮੈਨ, ਅਤੇ ਦਿਲੀ ਸਨੇਹ ਰੱਖਣ ਵਾਲੇ ਸਾਡੇ ਢਾਡੀ ਜਥੇ ਨਾਲ। ਬਹੁਤ ਸਾਰੀਆਂ ਪ੍ਰੋਗਰਾਮਾਂ ਦੀਆਂ ਕੱਢੀਆਂ ਕੱਟ ਕੱਟ ਕੇ ਉਹਨਾਂ ਨੇ ਨੈੱਟ ਦੇ ਉੱਤੇ ਪਾਈਆਂ। ਦੇਸ਼ਾਂ ਵਿਦੇਸ਼ਾਂ 'ਚੋਂ ਫੋਨ ਆਉਂਦੇ ਰਹਿੰਦੇ ਆ ਕਿ ਨਾਨਕਪੁਰੀ ਟਾਂਡੇ ਦੀ ਸਟੇਜ 'ਤੇ ਤੁਸੀਂ ਆਹ ਬੋਲਿਆ, ਨਾਨਕਪੁਰੀ ਟਾਂਡੇ ਦੀ ਸਟੇਜ 'ਤੇ ਤੁਸੀਂ ਆਹ ਬੋਲਿਆ, ਅਤੇ ਜਦੋਂ ਲੋਕ ਸਾਨੂੰ ਆਹ ਗੱਲ ਕਹਿੰਦੇ ਤਾਂ ਸਾਡਾ ਧਿਆਨ ਅੰਮ੍ਰਿਤ ਗੁਰਬਾਣੀ ਵੱਲ ਜਾਂਦਾ ਵੀ ਇਹ ਕੱਟ ਕੇ ਚੈਨਲ ਨਾ ਪਾਉਣ ਤਾਂ ਫਿਰ ਸਾਨੂੰ ਕੌਣ ਫੋਨ ਕਰੇ। ਸੋ ਇਹਨਾਂ ਵੀਰਾਂ ਦਾ ਵੀ ਧੰਨਵਾਦ, ਮਾਣ ਸਨਮਾਨ, ਗੁਰੂ ਬਾਬਾ ਕਿਰਪਾ ਕਰੇ, ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਆਓ ਭਾਈ ਹਰਦੀਪ ਸਿੰਘ ਜੀ ਅਗਲਾ ਪ੍ਰੋਗਰਾਮ ਕਰੋ ਸਾਂਝਾ, ਇਹ ਜਥਾ ਤੁਹਾਡਾ ਹੈ। ਹਜ਼ੂਰੀ ਢਾਡੀ ਜਥਾ ਸ਼੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ, ਪਿੰਡ ਖਾਪੜਖੇੜੀ, ਜ਼ਿਲ੍ਹਾ ਅੰਮ੍ਰਿਤਸਰ, ਭਾਈ ਹਰਸ਼ਰਨਜੀਤ ਸਿੰਘ ਕੋਮਲ, ਪੰਥ ਦੇ ਮਹਾਨ ਵਿਦਵਾਨ ਗਿਆਨੀ ਕੇਵਲ ਸਿੰਘ ਜੀ ਕੋਮਲ ਕਲੰਜਰਾਂ ਵਾਲੇ, ਜਿਹੜੇ ਪਿਛਲੇ ਕੁਝ ਸਾਲਾਂ ਤੋਂ ਸਰੀਰਕ ਕਸ਼ਟ ਇੰਨਾ ਆਇਆ ਉਹ ਸਟੇਜਾਂ 'ਤੇ ਨਹੀਂ ਅਜੇ ਆਏ, ਸੋ ਪੰਥ ਦੇ ਵਿਦਵਾਨ ਨਾਮਵਰ ਸਨ, ਉਹਨਾਂ ਦਾ ਪਚੰਗੀ ਸਾਡੇ ਜਥੇ 'ਚ ਸੇਵਾ ਕਰਦਾ ਹੈ। ਭਾਈ ਓਂਕਾਰ ਸਿੰਘ ਗਹਿਰੀ, ਸਰੰਗੀ ਮਾਸਟਰ ਭਾਈ ਮਨਮੋਹਨ ਸਿੰਘ, ਬਹੁਤ ਵੱਡੀਆਂ ਸੇਵਾਵਾਂ ਤੁਹਾਡੀਆਂ ਕੀਤੀਆਂ ਨੇ, ਸੇਵਾ ਥਾਂਏ ਪਾਉਣੀ। ਮਹਾਂਪੁਰਸ਼ਾਂ ਵੱਲੋਂ ਵੀ ਕਾਰ ਸੇਵਾ ਦੀਆਂ ਵੱਡੀਆਂ ਸੇਵਾਵਾਂ ਥਾਂਏ ਚੱਲ ਰਹੀਆਂ ਨੇ। ਮਾਇਆ ਟੋਕਰੀ ਵਿੱਚ ਵੀ ਪਾਓ, ਅਰਦਾਸ ਬੇਨਤੀ ਕਰਵਾਓ। ਸੋ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਕਣਕ ਹੋਰ ਪਦਾਰਥ ਗੁਰੂ ਨੇ ਖੁੱਲ੍ਹੇ ਦਿੱਤੇ ਆ, ਕਿਉਂਕਿ ਲੰਗਰ ਚੱਲਦੇ ਨੇ ਨਿਰੰਤਰ ਸਾਰੇ ਦੇਸ਼ ਦੇ ਵਿੱਚ, ਵੱਡੀਆਂ ਸੇਵਾਵਾਂ ਨੇ ਮਹਾਂਪੁਰਸ਼ਾਂ ਦੀਆਂ, ਵੱਧ ਤੋਂ ਵੱਧ ਰਸਤਾ ਗੁਰੂ ਦੇ ਦਰਬਾਰਾਂ ਅੰਦਰ ਪਹੁੰਚਾਓ ਅਤੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।